ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਲੈ ਕੇ ਆ ਗਏ ਡਾਕੂਮੈਂਟ। ਹਾਂ ਜੀ, ਹਾਂ ਵਧੀਆ ਚੜ੍ਹਦੀ ਕਲਾ। ਪਰ ਸਰ ਮੁਝੇ ਵੋ ਪ੍ਰਿੰਟ ਆਊਟ ਨਹੀਂ ਸਰ ਮਿਲਾ। ਪ੍ਰਿੰਟ ਇਸ ਟਾਈਮ ਆਪਾਂ ਖੜ੍ਹੇ ਹਾਂ ਜੀ ਦੁਨੀਆ ਦੇ ਚੌਥੇ ਸਭ ਤੋਂ ਉੱਚੇ ਪਾਸ ਦੇ ਉੱਤੇ। ਇਹਦਾ ਨਾਮ ਹੈਗਾ ਜੀ ਮਰਸੀ ਮਿਕਲਾ, ਅਤੇ ਬਹੁਤ ਲੇਟੈਸਟ ਪਾਸ ਖੁੱਲ੍ਹਿਆ ਇਹ, ਬਹੁਤ ਘੱਟ ਲੋਕ ਇੱਥੇ ਆਉਂਦੇ ਨੇ। ਫਿਰ ਟੋਪ 'ਤੇ ਗਿਆ, ਫਿਰ ਇਸ ਲਈ ਟਾਈਮ ਲੱਗ ਗਿਆ। ਹਾਂਜੀ, ਮੇਰੇ ਕੋਲ 6 ਕਿਲੋਮੀਟਰ ਪਹਿਲੇ ਰੋਕ ਲਿਆ ਸਾਨੂੰ ਨੇ ਚਾਹੀਦਾ, ਕਿਉਂਕਿ ਬਾਈਕਰਾਂ ਵਾਸਤੇ ਬਹੁਤ ਵੱਡੀਆਂ ਗੱਲਾਂ ਹੁੰਦੀਆਂ ਨੇ ਇੰਨੇ ਉੱਚੀਆਂ ਉੱਚੀਆਂ ਪਹਾੜਾਂ ਦੇ ਉੱਤੇ ਆਪਦਾ ਮੋਟਰਸਾਈਕਲ ਚਲਾ ਕੇ ਲੈ ਕੇ ਜਾਣਾ, ਜਿੱਥੇ ਆਕਸੀਜਨ ਨਾ ਮਾਤਰ ਹੁੰਦੀ ਆ, ਵੱਡੀਆਂ ਵੱਡੀਆਂ ਗੱਡੀਆਂ ਵੀ ਉੱਥੇ ਸਕਿੱਡ ਮਾਰ ਜਾਂਦੀਆਂ ਨੇ, ਹਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਇਹ ਵੀਡੀਓ ਜਿਹੜੀ ਹੈਗੀ ਆ ਕਿਸੇ ਹੋਰ ਥਾਂ ਦੇ ਉੱਤੇ ਸ਼ੂਟ ਹੋ ਰਹੀ ਆ। ਇਹ ਵੀਡੀਓ ਕਿਸੇ ਹੋਰ ਥਾਂ ਦੇ ਉੱਤੇ ਬਣਾਉਣੀ ਤਾਂ ਪੈ ਗਈ ਕਿਉਂਕਿ ਜਿਹੜੀ ਵੀਡੀਓ ਤੁਸੀਂ ਅੱਜ ਦੇਖੋਗੇ ਨਾ, ਇਹਦਾ ਜਿਹੜਾ ਮੇਨ ਕਲਿੱਪ ਸੀ ਜਿੱਥੇ ਆਪਾਂ ਓਪਨਿੰਗ ਕੀਤੀ ਸੀ, ਟੈਂਟ ਲਾਇਆ ਸੀ, ਟੈਂਟ ਤੜ ਕੇ ਇਕੱਠਾ ਕਰਦੇ ਮਾੜੀ ਮੋਟੀ ਇਨਫੋਰਮੇਸ਼ਨ ਜਿਹੜੀ ਦਿੱਤੀ ਸੀ ਨਾ, ਉਹ ਕਲਿੱਪ ਪਤਾ ਨਹੀਂ ਕਿੱਥੇ ਡਿਲੀਟ ਡਲੂਟ ਹੋ ਗਿਆ। ਕਈ ਵਾਰ ਇਹ ਹੁੰਦਾ ਵੀ ਖਾਸਾ ਤਾਮਾ ਜਾਮਾ ਫੋਨ ਦੇ ਵਿੱਚ ਇਕੱਠਾ ਹੋ ਜਾਂਦਾ, ਮੈਮਰੀ ਭਰ ਜਾਂਦੀ ਆ, ਫਿਰ ਕਲਿੱਪ ਡਿਲੀਟ ਮਾਰਨ ਲੱਗੇ, ਕਈ ਵਾਰ ਪਤਾ ਨਹੀਂ ਲੱਗਦਾ ਵੀ ਕੰਮ ਦਾ ਕਲਿੱਪ ਜਿਹੜਾ ਉਹ ਡਿਲੀਟ ਵੱਜ ਜਾਂਦਾ। ਤਾਂ ਕਰਕੇ ਫਿਰ ਇਹ ਵੀਡੀਓ ਕਿਸੇ ਹੋਰ ਥਾਂ ਦੇ ਉੱਤੇ ਸ਼ੂਟ ਕਰਕੇ ਜਿਹੜੀ ਅੱਜ ਦੀ ਵੀਡੀਓ ਤੁਸੀਂ ਦੇਖੋਗੇ ਉਹਦੇ ਵਿੱਚ ਐਡ ਕਰਾਂਗੇ। ਅਤੇ ਅੱਜ ਦੀ ਵੀਡੀਓ ਦਾ ਅਪਡੇਟ ਤੁਹਾਨੂੰ ਦੱਸ ਦਈਏ। ਪਹਿਲਾਂ ਤੁਹਾਨੂੰ ਇਹ ਦੱਸ ਕਿ ਫੋਬਰੰਗ ਜਗ੍ਹਾ ਦਾ ਨਾਮ ਆ ਜੀ, ਪੈਂਗੋਂਗ ਤੋਂ ਖੱਬੇ ਪਾਸੇ ਨੂੰ ਸੜਕ ਜਾਂਦੀ, ਉੱਥੇ ਆਪਾਂ ਟੈਂਟ ਲਾਇਆ ਸੀ। ਇਹਨਾਂ ਨੇ ਸਾਡੀ ਪਿਛਲੀ ਵੀਡੀਓ ਦੇਖੀ ਹੋਊ, ਉਹਨਾਂ ਨੂੰ ਪਤਾ ਹੋਊ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਅਪਡੇਟ ਦੇ ਦਈਏ ਕਿ ਅੱਜ ਆਪਾਂ ਐਸੇ ਪਾਸ ਦੇ ਉੱਤੇ ਚੱਲੇ ਹਾਂ ਜੀ, ਜਿਹੜਾ ਕਿ ਜਿੱਥੇ ਕਿ ਇੰਡੀਆ ਦਾ ਸਭ ਤੋਂ ਪਹਿਲਾਂ ਯੂਟਿਊਬਰ ਜਾਣ ਵਾਲਾ ਆਪਾਂ ਹੀ ਹੋਵਾਂਗੇ। ਠੀਕ ਆ ਜੀ, 18,900 ਫੁੱਟ ਦੀ ਉਹਦੀ ਹਾਈਟ ਆ ਜਦੋਂ ਆਪਾਂ ਗੂਗਲ ਦੇ ਉੱਤੇ ਚੈੱਕ ਕਰਦੇ ਹਾਂ। ਕਈ ਥਾਵਾਂ ਦੇ ਉੱਤੇ ਹੋਰ ਵੀ ਫੋਟੋਆਂ ਦੇਖੀਆਂ ਤਾਂ 18,900 ਫੁੱਟ ਦੀ ਹਾਈਟ ਨਿਕਲਦੀ ਆ, ਪਰ ਜਿਹੜਾ ਉੱਥੇ ਬੋਰਡ ਲੱਗਿਆ ਹੋਇਆ ਉਹ 18,300 ਫੁੱਟ ਦਾ ਲੱਗਿਆ ਹੋਇਆ। ਪਹਿਲਾਂ ਮੈਨੂੰ ਲੱਗਿਆ ਸੀ ਕਿ ਦੁਨੀਆ ਦਾ ਦੂਜੇ ਨੰਬਰ ਦਾ ਸਭ ਤੋਂ ਉੱਚਾ ਪਾਸ ਆ ਉਹ, ਕਿਉਂਕਿ ਉਦੋਂ ਬਾਅਦ 18,900 ਤੋਂ ਬਾਅਦ ਫਿਰ 19,024 ਫੁੱਟ ਦੇ ਉੱਤੇ ਉਮਲਿੰਗਲਾ ਪਾਸ ਆ। ਤਾਂ ਮੈਨੂੰ ਲੱਗਿਆ ਵੀ 70-100 ਫੁੱਟ ਦਾ ਫਰਕ ਆ ਵੀ ਦੂਜੇ ਨੰਬਰ 'ਤੇ ਪਾਸ ਹੋਊਗਾ, ਪਰ ਇਹ ਚੌਥੇ ਨੰਬਰ ਦਾ ਦੁਨੀਆ ਦਾ ਸਭ ਤੋਂ ਉੱਚਾ ਪਾਸ ਆ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਇੰਡੀਆ ਦਾ ਪਹਿਲਾ ਯੂਟਿਊਬਰ ਮਰਸੀ ਮਿਕਲਾ ਦੇ ਉੱਤੇ ਜਾਣ ਵਾਲਾ, ਅਤੇ ਤੁਸੀਂ ਵੀ ਪ੍ਰਾਊਡ ਫੀਲ ਕਰੋ ਅਤੇ ਮੈਨੂੰ ਕਮੈਂਟਾਂ ਦੇ ਵਿੱਚ ਸ਼ਾਬਾਸ਼ੀ ਦਿਓ, ਕਿਉਂਕਿ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ, ਬਹੁਤ ਨਜ਼ਾਰਾ ਆਊਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਮੈਂਟ ਲਾਈਕ ਸ਼ੇਅਰ ਕਰ ਦਿਆ ਕਰੋ। ਲਓ ਜੀ, ਲੈ ਕੇ ਵਾਹਿਗੁਰੂ ਦਾ ਨਾਮ ਆਪਾਂ ਚੱਲ ਪਏ ਹਾਂ। ਕੱਪੜਾ ਲੀੜਾ ਮੈਂ ਪਹਿਲੀ ਬਾਹਲਾ ਮੋਟਾ ਪਾ ਲਿਆ, ਹੁਣ ਘਬਰਾਹਟ ਹੋਣ ਲੱਗ ਗਈ। ਥੋੜ੍ਹਾ ਜਿਹਾ ਅੱਗੇ ਜਾ ਕੇ ਮੌਸਮ ਠੀਕ ਹੋ ਜਾਣਾ, ਕਿਉਂਕਿ ਹਵਾ ਲੱਗੂਗੀ ਨਾ, ਫਿਰ ਖੁੱਲ੍ਹਾ ਖੁੱਲ੍ਹਾ ਆ ਜੂਗਾ ਕੰਮ। ਅਤੇ ਕੱਲ੍ਹ ਜਿਹੜੀ ਆਪਾਂ ਰਾਤ ਕੱਟੀ ਆ ਉਹ ਕੱਟੀ ਆ ਜੀ 14,500 ਫੁੱਟ 'ਤੇ। 14,500 ਫੁੱਟ 'ਤੇ ਠੰਡ ਹੋਣੀ ਸੁਭਾਵਿਕ ਆ, ਪਰ ਆਪਣਾ ਸਲੀਪਿੰਗ ਬੈਗ ਜਿਹੜਾ ਹੈਗਾ ਉਹ ਕੰਮ ਸਾਰੀ ਆਉਂਦਾ। ਸਨੇਹਾ ਮੈਨੂੰ ਤਾਂ ਨਹੀਂ ਨੀਂਦ ਆਉਂਦੀ ਕਿਉਂਕਿ ਟੈਂਟ ਜਿਹਾ ਖੜਕਾ ਬਾਹਲਾ ਕਰਦਾ, ਆਦਤ ਜੀ ਨਹੀਂ ਪਈ ਹੋਈ, ਹੈ ਨਾ। ਨੀਂਦ ਆਉਂਦੀ ਆ ਫਿਰ ਟਿਕਾ ਕੇ ਜੇ 2-2.5 ਵਜੇ, ਫਿਰ ਉਦੋਂ ਬਾਅਦ ਨਹੀਂ ਪਤਾ ਲੱਗਦਾ ਵੀ ਕਿੱਥੇ ਪਏ ਹਾਂ। ਫਿਰ ਤਾਂ ਜਦੋਂ ਸੂਰਜ ਚੜ੍ਹਦਾ ਫਿਰ ਹੀ ਪਤਾ ਲੱਗਦਾ। ਲੈ ਵੀ ਇੱਥੇ ਨਾ ਮੁੜਿਆ ਵੇ, ਚੜ੍ਹ ਗਿਆ ਭਾਈ। ਰਾਤ ਆਹ ਹੋਟਲ ਵਾਲਿਆਂ ਤੋਂ ਮੈਂ ਸਮਾਨ ਲੈਣ ਗਿਆ ਸੀ, ਇੱਥੇ ਇੱਕੋ ਇੱਕ ਹੋਟਲ ਆ ਜਿਹੜੀ ਆਹ ਗੱਡੀ ਜੀ ਖੜ੍ਹੀ ਆ ਇਹਨਾਂ। ਫਿਰ ਬਾਈ ਹੋਰਾਂ ਨੇ ਮੈਨੂੰ ਕਿਹਾ, ਕਹਿੰਦੇ ਵੀ ਕੀ ਚਾਹੀਦਾ। ਮੈਂ ਕਿਹਾ ਜੀ ਕਮਰਾ ਵਗੈਰਾ ਦਾ ਉਹ ਰੇਟ ਕੀ ਚੱਲ ਰਿਹਾ। ਕਮਰਾ ਕਹਿੰਦਾ ਵੀ ਸਾਡਾ ਹੈਗਾ ਪੈਂਗੋਂਗ ਲੇਕ ਦੇ ਕੰਢੇ 'ਤੇ ਆ। ਮੈਂ ਕਿਹਾ ਜੀ ਕਿੰਨੇ ਦਾ? ਕਹਿੰਦਾ 2,000 ਰੁਪਏ ਦਾ, ਰੋਟੀ ਪਾਣੀ ਇਨਕਲੂਡ ਆ। ਰੋਟੀ ਪਾਣੀ ਕਿਹੜੀ ਇਨਕਲੂਡ ਆ ਯਾਰ, ਖਾਧੀ ਤਾਂ ਇੱਥੇ ਜਾਂਦੀ ਨਹੀਂ ਹੈਗੀ, ਆਕਸੀਜਨ ਘੱਟ ਆ, ਭੁੱਖ ਲੱਗਦੀ ਨਹੀਂ ਹੈਗੀ,
ਚਾਰ ਚਮਚੇ ਤੁਸੀਂ ਚੌਲ ਦੇ ਖਾ ਲਓ ਤੁਹਾਡਾ ਢਿੱਡ ਭਰ ਜਾਂਦਾ, ਦੋ ਰੋਟੀਆਂ ਖਾ ਲਓ ਢਿੱਡ ਭਰ ਜਾਂਦਾ, ਸ਼ਾਮ ਤੱਕ ਬੰਦਾ ਬੋਲਦਾ ਨਹੀਂ। ਅਸੀਂ ਚੱਲੀ ਗਏ ਨਾ ਉੱਥੇ ਕੰਮ, ਹੁਣ ਮੈਂ ਤਾਂ ਤੜਕੇ ਬਿਸਕੁਟ ਖਾ ਕੇ ਪਾਣੀ ਪੀ ਕੇ ਆ ਗਿਆ, ਹੁਣ ਇਹ ਨਹੀਂ ਪਤਾ ਮੈਨੂੰ ਚਾਰ ਘੰਟੇ ਭੁੱਖ ਨਾ ਲੱਗੇ, ਇੱਕ ਮੈਂ ਚੌਕਲੇਟ ਖਾ ਲਈ ਬਸ। ਆ ਇੱਧਰ ਭੇਡਾਂ ਬਾਈ ਚਾਰ ਨਾਲੇ ਆਏ ਹੋਏ ਨੇ, ਭੇਡਾਂ ਇੱਧਰਲੇ ਪਾਸੇ ਲੋਕਾਂ ਕੋਲ ਬਹੁਤ ਨੇ। ਫਿਰ ਮੈਂ ਬਾਈ ਨੂੰ ਕਿਹਾ ਮੈਂ ਕਿਹਾ ਥੋੜ੍ਹਾ ਜਿਹਾ ਘੱਟ ਕਰ ਲਾ, ਕਿਉਂਕਿ ਕੱਲ੍ਹ ਮੈਂ ਦੋ ਚਿੱਤੀ 'ਚ ਪਿਆ ਹੋਇਆ ਸੀ, ਇੱਥੇ ਹਵਾ ਬਹੁਤ ਜ਼ਿਆਦਾ ਤੇਜ਼ ਚੱਲਦੀ ਸੀ। ਫਿਰ ਜਦੋਂ ਬਾਈ ਮੰਨਿਆ ਨਹੀਂ ਹੈਗਾ ਕਿਉਂਕਿ ਪੀਕ ਸੀਜ਼ਨ ਚੱਲਦਾ, ਮੈਂ ਕਿਹਾ ਚੱਲ ਕੋਈ ਨਾ ਬਾਈ। ਫਿਰ ਮੈਂ ਉਹਦੇ ਕੋਲੋਂ ਮਾੜਾ ਮੋਟਾ ਸਮਾਨ ਲੈ ਲਿਆ, ਆਹੀ ਬਿਸਕੁਟ ਬਾਸਕੁਟ ਜੇ, ਅਤੇ ਫਿਰ ਮੈਂ ਟੈਂਟ ਲਾ ਕੇ ਆਪਦਾ ਮੌਜ ਨਾਲ ਰੱਸੀਆਂ ਰੁੱਸੀਆਂ ਨਾਲ ਗੱਡ ਕੇ ਸੌਂ ਗਿਆ। ਰਾਤ ਟੈਂਟ ਲਾਉਣ ਲੱਗੇ ਹਵਾ ਖੜ ਗਈ ਸੀ, ਜੇ ਟੈਂਟ ਲਾਉਣ ਲੱਗੇ ਵੀ ਹਵਾ ਚੱਲਦੀ ਰਹਿੰਦੀ ਫਿਰ ਬਾਹਲਾ ਤੰਗ ਹੁੰਦੇ, ਬਾਅਦ ਚੱਲੀ ਜਾਂਦੀ ਸੀ। ਚੱਲ ਕੋਈ ਗੱਲ ਨਹੀਂ, ਆਪਾਂ ਰੱਸੀਆਂ ਰੁੱਸੀਆਂ ਨਾਲ ਟੈਰ ਟੁੱਟ ਕਰਤਾ ਸੀ ਸਾਰਾ ਕੁਛ। ਬਸ ਇੱਧਰ ਨੂੰ ਜਾਣਾ ਹੁਣ, ਆਪਾਂ ਪਹੁੰਚਦੇ ਹਾਂ ਸਿੱਧਾ ਚੈੱਕ ਪੋਸਟ 'ਤੇ, ਮਿਲਦੇ ਹਾਂ ਕੱਲ੍ਹ ਵਾਲੀ 'ਤੇ। ਇਹ ਹੈਗਾ ਜੀ ਪਿੰਡ ਫੋਬਰੰਗ। ਕੱਲ੍ਹ ਮੈਂ ਫੋਬਰੰਗ ਦੇ ਵਿੱਚ ਟੈਂਟ ਲਾਉਣ ਨੂੰ ਜਗ੍ਹਾ ਲੱਭੀ ਜਾਂਦਾ ਸੀ, ਪਰ ਤੁਹਾਨੂੰ ਮੈਂ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਦਿਖਾਇਆ ਸੀ ਲੋਕਾਂ ਨੇ ਵਾੜਾਂ ਹੀ ਵਾਲੀਆਂ ਕਰ ਰੱਖੀਆਂ ਨੇ, ਹਰੇ ਹਰੇ ਗਰਾਊਂਡ 'ਤੇ ਵਾੜ ਕਰ ਰੱਖੀ ਆ ਪੱਥਰਾਂ ਦੀ। ਆਹ ਦੇਖੋ ਜਿਵੇਂ ਆਹ ਚੀਨ ਦੀਆਂ ਕੰਧਾਂ ਜੀਆਂ ਬਣਾ ਰੱਖੀਆਂ ਨੇ, ਆਹ ਇੱਧਰ ਵੀ ਦੇਖੋ। ਅਤੇ ਫਿਰ ਮੈਂ ਇੱਕ ਦੋ ਨੂੰ ਪੁੱਛਿਆ ਸੀ, ਜਵਾਕ ਸੀ ਪਿੰਡ 'ਚ ਤਾਂ ਕੋਈ ਬੰਦਾ ਦਿਖੇ ਨਹੀਂ ਮੈਨੂੰ ਬਾਹਰ, ਹੁਣ ਦੇਖ ਲਓ ਕੋਈ ਬੰਦਾ ਪਿੰਡ 'ਚੋਂ ਬਾਹਰ ਨਹੀਂ ਹੈਗਾ। ਜਵਾਕ 'ਚ ਫਿਰਦੇ ਸੀ ਸ਼ਾਮ ਨੂੰ ਖੇਡਦੇ, ਉਹਨਾਂ ਨੂੰ ਮੈਂ ਪੁੱਛਿਆ, ਉਹ ਕਹਿੰਦੇ ਵੀ ਇੱਥੋਂ ਦੇ ਲੰਬੜਦਾਰ ਨੂੰ ਪੁੱਛਣਾ ਪੈਣਾ। ਮੈਂ ਕਿਹਾ ਇੱਥੇ ਵੀ ਲੰਬੜਦਾਰ ਹੁੰਦੇ ਨੇ ਉਹ? ਕਹਿੰਦਾ ਹਾਂ ਹਾਂ। ਮੈਂ ਕਿਹਾ ਚੱਲ ਠੀਕ ਹੈ ਯਾਰ, ਹੁਣ ਕਿਹੜਾ ਲੰਬੜਦਾਰ ਨੂੰ ਲੱਭੂਗਾ, ਮੈਂ ਕੋਈ ਨਾ ਤੁਹਾਡੇ ਪਿੰਡੋਂ ਬਾਹਰ ਜਾ ਕੇ ਲਾ ਲੈਂਦੇ ਹਾਂ। ਕਹਿੰਦਾ ਤਾਂ ਕੀ ਆ ਲੰਬੜਦਾਰ ਨੇ ਵੀ, ਉਹ ਤਾਂ ਮੈਂ ਜਵਾਕਾਂ ਨੇ ਉਹ ਗੱਲ ਕਰਤੀ ਹੋਣੀ, ਐਂ ਤਾਂ ਇੱਥੇ ਕੋਈ ਨਹੀਂ ਪੁੱਛਦਾ। ਹੁਣ ਜਿੱਥੇ ਰਾਤ ਟੈਂਟ ਲਾਇਆ ਉੱਥੋਂ ਬਥੇਰੇ ਲੰਬੜਦਾਰ ਲੰਘੀ ਗਏ, ਕੋਈ ਕੁਛ ਨਹੀਂ ਪੁੱਛਦਾ ਕਿਸੇ ਨੂੰ, ਆਪਦਾ ਹੀ ਡਰ ਜਾ ਹੁੰਦਾ। ਆਹ ਦੇਖਾ ਬੀਬੀ ਜਿਵੇਂ ਬਣਾ ਰਹੀ ਹੈ ਕੰਧ, ਪੱਥਰ ਦੇ ਉੱਤੇ ਪੱਥਰ ਚਿਣ ਕੇ ਕੰਧ ਬਣਾ ਰਹੇ ਨੇ, ਕੋਈ ਗਾਰਾ ਨਹੀਂ ਕੋਈ ਸਮਿੰਟ ਨਹੀਂ। ਆਹ ਦੇਖੋ ਲੱਗਦੀਆਂ ਵੀ ਸੋਹਣੀਆਂ ਨੇ, ਕਿਉਂਕਿ ਇੱਥੇ ਮਿੱਟੀ ਇਹਦੇ ਵਿੱਚ ਪੱਥਰ ਹੀ ਵਾਲਾ। ਆਹ ਦੇਖੋ ਸੋਹਣੇ ਲੱਗਦੀ ਨਾ, ਉਈ ਹੈ ਖੜੀਆਂ ਨੇ, ਹਵਾ ਨਾਲ ਤਾਂ ਨਹੀਂ ਡਿੱਗਦੀਆਂ ਇਹ, ਪਰ ਜੇ ਤੁਸੀਂ ਵੈਸੇ ਤਾਂ ਕੱਦ ਕਮਾ ਰੋਗੇ ਤਾਂ ਡਿੱਗ ਜੂਗੀ, ਹਵਾ ਨਾਲ ਤਾਂ ਨਹੀਂ ਡਿੱਗਦੀ ਕਿਉਂਕਿ ਇਹਦੇ ਵਿੱਚ ਬਿਰਲਾ ਨੇ, ਜੇ ਬਿਰਲਾ ਬੰਦ ਹੋ ਜਾਣਾ ਫਿਰ ਤਾਂ ਡਿੱਗ ਪੂ। ਫਿਰ ਇਹਨਾਂ ਨੇ ਪੱਥਰ 'ਤੇ ਪੱਥਰ ਟਕਾਇਆ ਹੋਇਆ, ਹਵਾ ਵਿੱਚ ਦੀ ਕ੍ਰੋਸ ਹੋਈ ਜਾਂਦੀ ਆ। ਆਹ ਪਤਾ ਨਹੀਂ ਕਿਹੜੀ ਬੱਸ ਫਿਰਦੀ ਆ ਇੱਥੇ, ਢਾਬਾ ਢੂਬਾ ਕੰਟੀਨ ਇੱਥੇ ਕੋਈ ਨਹੀਂ ਹੈਗੀ ਖਾਣ ਪੀਣ ਵਾਸਤੇ ਨੇੜੇ ਤੇੜੇ, ਬਸ ਪੈਕਟਾਂ ਵਾਲਾ ਸਮਾਨ ਮਿਲਦਾ। ਜੇ ਚੈੱਕ ਪੋਸਟ 'ਤੇ ਕੱਲ੍ਹ ਵਾਲੇ ਬੰਦੇ ਖੜ੍ਹੇ ਹੋਏ ਤਾਂ ਜ਼ਿਆਦਾ ਵਧੀਆ ਗੱਲ ਆ, ਉਹਨਾਂ ਨੂੰ ਫਿਰ ਸਮਝਾਉਣਾ ਸੌਖਾ ਹੋ ਜੂਗਾ। ਇੱਧਰ ਲੋਕ ਕੰਮ ਪਤਾ ਨਹੀਂ ਕੀ ਕਰਦੇ ਨੇ ਯਾਰ, ਮੋਢਿਆਂ 'ਚ ਝੋਲੇ ਜੇ ਪਾ ਕੇ ਨਾ ਫਿਰੀ ਜਾਂਦੇ ਨੇ, ਜਿਵੇਂ ਬੀਬੀਆਂ ਕਿਸੇ ਫੈਕਟਰੀ 'ਚ ਜਾਂਦੀਆਂ ਹੁੰਦੀਆਂ ਨੇ ਜਾਂ ਪਤਾ ਨਹੀਂ ਕਿੱਥੇ ਕੰਮ ਕਰਦੀਆਂ ਹੁੰਦੀਆਂ ਨੇ, BRO ਵਾਲੀਆਂ ਬੀਬੀਆਂ ਵੀ ਨਹੀਂ ਹੈਗੀਆਂ, ਦੂਜੀਆਂ ਨੇ ਪਰਸ ਪੁਰਸ ਪਾਏ ਹੁੰਦੇ ਨੇ, ਮੈਡਮ ਵਾਂਗੂ ਲੱਗਦੀਆਂ ਨੇ। ਇੱਧਰਲੇ ਪਾਸੇ ਹੋਮ ਸਟੇ ਨਾ ਖੁੱਲ੍ਹਣ ਦਾ ਕਾਰਨ ਇਹ ਆ ਵੀ ਇੱਧਰਲੇ ਪਾਸੇ ਹਜੇ ਟੂਰਿਸਟ ਆਉਣੇ ਸ਼ੁਰੂ ਨਹੀਂ ਹੋਏ, ਅਤੇ ਨਾ ਹੀ ਲੋਕਾਂ ਨੂੰ ਇੱਧਰਲੇ ਪਾਸੇ ਕੁਛ ਇੰਨਾ ਪਤਾ ਹਜੇ ਅਪਡੇਟ ਨਹੀਂ ਹੈਗਾ। ਮਰਸੀ ਮਿਕਲਾ 25 ਕਿਲੋਮੀਟਰ ਲੈ ਗਿਆ, ਉਦੋਂ ਬਾਅਦ 77 ਕਿਲੋਮੀਟਰ ਹੌਟ ਸਪ੍ਰਿੰਗ ਆ, ਦੇਖਦੇ ਹਾਂ ਕਿੱਥੇ ਤੱਕ ਜਾਣ ਦਿੰਦੇ ਨੇ। ਅਤੇ ਬਾਕੀ ਲੋਕਾਂ ਨੂੰ ਪਤਾ ਉਦੋਂ ਲੱਗੂਗਾ ਜੇ ਉਹ ਆਪ ਫਾਰਮ ਭਰਨ, ਜਿਹੜਾ ਆਪਾਂ ਪਰਮਿਟ ਕਰਦੇ ਹਾਂ ਅਪਲਾਈ। ਹੁਣ ਪਿਛਲੇ ਸਾਲ ਵਾਲਾ ਪਰਮਿਟ ਮੈਂ ਚਲਾ ਰਿਹਾ ਸੀ, ਉਹ ਚੱਕਰ ਦੇ ਵਿੱਚ ਆਪਣਾ ਟਾਈਮ ਖਰਾਬ ਹੋ ਗਿਆ। ਹੁਣ ਪਿਛਲੇ ਸਾਲ ਵਾਲੇ ਪਰਮਿਟ ਦੇ ਵਿੱਚ ਇਹ ਮੈਂਸ਼ਨ ਨਹੀਂ ਹੈਗਾ ਮਰਸੀ ਮਿਕਲਾ, ਅਤੇ ਹੁਣ ਨਵੇਂ ਦੇ ਵਿੱਚ ਮੈਂਸ਼ਨ ਹੈਗਾ। ਨਵੇਂ ਦੇ ਵਿੱਚ ਮੈਂ ਆਪ ਭਰਿਆ ਤਾਂ ਫਿਰ ਜਾ ਕੇ ਪਤਾ ਲੱਗਿਆ ਬਈ ਇਹ ਵੀ ਕੋਈ ਚੀਜ਼ ਖੁੱਲ੍ਹੀ ਆ।
ਆ ਗਏ, ਪਛਾਣ ਲੈਣਗੇ ਬਾਈ ਹੋਰੇ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਲੈ ਕੇ ਆ ਗਏ ਡਾਕੂਮੈਂਟ? ਹਾਂਜੀ ਹਾਂ, ਵਧੀਆ ਚੜ੍ਹਦੀ ਕਲਾ। ਹਾਂਜੀ ਪਰ ਸਰ ਮੁਝੇ ਵੋ ਪ੍ਰਿੰਟ ਆਊਟ ਨਹੀਂ ਸਰ ਮਿਲਾ, ਪ੍ਰਿੰਟ ਆਊਟ ਨਹੀਂ ਮਿਲਾ ਮੁਝੇ। ਮੈਂ ਦੁਰਬੁਕ ਤੱਕ ਗਿਆ, ਲਾਈਟ ਨਹੀਂ ਸੀ ਉਨ੍ਹਾਂ ਕੇ ਪਾਸ, ਔਰ ਸੰਡੇ ਕੀ ਵਜ੍ਹਾ ਬੋਲ ਰਿਹਾ ਕਿ ਲਾਈਟ ਹੀ ਨਹੀਂ ਆਤੀ ਹੈ। ਪਰਮਿਸ਼ਨ ਫਿਰ ਮੈਂ ਅਪਲਾਈ ਕਰ ਲਿਆ। ਹਾਂ ਮੈਸੇਜ ਵੀ ਆ ਗਿਆ ਸਰ ਜੇ ਵਾਲਾ, ਐਸੇ ਵੀ ਨੈਟਵਰਕ ਨਹੀਂ ਹੈ। ਮੈਂ ਦੂਸਰਾ ਖੋਲ੍ਹ ਕੇ ਦਿਖਾ ਦਿੱਤਾ ਹੂੰ, ਇਹ ਰਹਾ। ਕੋਈ ਚੱਕਰ ਨਹੀਂ ਹੈ, ਮਰਸੀ ਮਿਕਲਾ ਜਾਣੇ ਨਹੀਂ ਦੇਂਗੇ, ਕਹਾਂ ਤੱਕ ਜਾਣੇ ਦੇਂਗੇ? ਅੱਛਾ ਬੋਰਡ ਬਾਰ ਤੋਂ ਲਗਾ ਹੋਗਾ ਕੋਈ ਮਰਸੀ ਮਿਕਲਾ ਕਾ? ਠੀਕ ਹੈ ਜੀ, ਨਹੀਂ ਨਹੀਂ ਬਾਹਰ ਤੋਂ ਮੈਂ ਜਾਊਂਗਾ ਜੀ। ਨਹੀਂ ਨਹੀਂ ਸਰ ਠੀਕ ਹੈ ਸਰ, ਬਸ ਮੈਂ ਆ ਗਿਆ ਜਲਦੀ ਜਲਦੀ ਸੇ। ਥੈਂਕ ਯੂ ਸਰ। ਚੱਲ ਭਾਈ ਮਰਸੀ ਮਿਕਲਾ ਤੱਕ ਤਾਂ ਜਾ ਕੇ ਆਈ, ਜਿੱਥੇ ਤੱਕ ਜਾਣ ਦਿੰਦੇ ਉੱਥੇ ਤੱਕ ਤਾਂ ਜਾਈਏ। ਜਿਹੜੇ ਇੱਥੇ ਦੋ ਪੁਲਿਸ ਦੇ ਮੁਲਾਜ਼ਮ ਸੀ ਲਦਾਖ ਪੁਲਿਸ, ਅਤੇ ਦੋ ਮੁਲਾਜ਼ਮ ਸੀ ITBP ਦੇ। ਚਲੋ ਭਾਈ ਸਿਰਫ 1 ਘੰਟੇ ਵਾਸਤੇ ਪਰਮਿਸ਼ਨ ਮਿਲੀ ਆ, 9:48 ਦਾ ਮੇਰਾ ਟਾਈਮ ਆ ਜੀ ਐਂਟਰੀ ਦਾ, ਅਤੇ 10:40 ਚੱਲ 1-2 ਮਿੰਟ ਦਾ ਸਰ ਜਾਂਦਾ ਹੁੰਦਾ ਕੋਈ ਨਾ, ਅਤੇ 10:50 ਤੱਕ ਚੱਲ 11 ਵਜੇ ਤੱਕ ਆਪਾਂ ਆ ਜਾਵਾਂਗੇ। ਬਸ ਸੜਕ ਸਾਫ ਹੋਵੇ ਤਾਂ ਜ਼ਿਆਦਾ ਵਧੀਆ ਗੱਲ ਆ। ਥਾਂ ਥਾਂ 'ਤੇ ਬੋਰਡ ਲੱਗੇ ਹੋਏ ਨੇ ਮਰਸੀ ਮਿਕਲਾ ਦੇ, 23 ਕਿਲੋਮੀਟਰ ਰਹਿ ਗਿਆ, ਪਤਾ ਨਹੀਂ ਬਾਈ ਉਹਦੇ ਯਾਰ ਕਿੱਥੇ ਤੱਕ ਜਾਣ ਦੇਣਗੇ। ਅਤੇ ਸੜਕ ਵੀ ਉਹਨਾਂ ਨੇ ਕਿਹਾ ਵੀ ਜਿਵੇਂ ਦੀ ਆਹ ਸੜਕ ਆ ਬਸ ਐਵੇਂ ਆ, ਜਿਹੜੀ ਪੈਂਗੋਂਗ ਵਾਲੀ ਸੜਕ ਆ ਉਹ ਤਾਂ ਜਮ੍ਹਾਂ ਮੱਖਣ ਮਲਾਈ ਆ, ਉਹਦੇ ਵਰਗੀ ਨਹੀਂ ਹੈਗੀ। ਜੇ ਉਹਦੇ ਵਰਗੀ ਹੁੰਦੀ ਫਿਰ ਸ਼ਾਇਦ ਛੇਤੀ ਪਹੁੰਚ ਜਾਂਦੇ, ਪਰ ਗੱਲ ਇਹ ਵੀ ਮੋਟਰਸਾਈਕਲ ਚੱਲਣਾ ਤਾਂ ਉਸੇ ਗੇਅਰ 'ਚ ਹੀ ਆ, ਦੂਜੇ ਜਾਂ ਤੀਜੇ 'ਚ ਮੈਕਸੀਮਮ, ਜਾਂ ਫਿਰ ਦੂਜੇ 'ਚ ਜੇ ਕੋਈ ਖਾਸੀ ਸਿੱਧੀ ਚੜ੍ਹਾਈ ਆ ਗਈ ਤਾਂ ਫਿਰ ਪਹਿਲੇ 'ਚ ਕਰਨਾ ਪਊਗਾ, ਕਿਉਂਕਿ ਆਪਣੇ ਕੋਲ ਹੁਣ ਸਮਾਨ ਆ, ਲਗੇਜ ਜ਼ਿਆਦਾ ਆ। ਪਿਛਲੀ ਵਾਰ ਜਦੋਂ ਉਮਲਿੰਗਲਾ ਗਏ ਆ ਨਾ, ਤਾਂ ਉਮਲਿੰਗਲਾ ਦੇ ਮੋਟਰਸਾਈਕਲ ਜਦੋਂ ਮੈਂ ਲੈ ਕੇ ਆਇਆ ਤਾਂ ਖਾਲੀ ਮੋਟਰਸਾਈਕਲ ਨੂੰ ਮੈਂ ਲੈ ਕੇ ਆਇਆ ਤਾਂ ਖਾਲੀ ਮੋਟਰਸਾਈਕਲ ਵੀ ਪਹਿਲੇ ਦੂਜੇ ਗੇਅਰ 'ਚ ਚੜ੍ਹਦਾ ਸੀ। ਅਤੇ ਜੇ ਅੱਜ ਆਪਣਾ ਮੋਟਰਸਾਈਕਲ ਇੱਧਰ ਕਿਤੇ ਫਸ ਗਿਆ, ਐਵੇਂ ਹਾਈ ਐਲਟੀਟਿਊਡ ਪਹਾੜ 'ਤੇ ਚੜ੍ਹਨ ਲੱਗੇ, ਜ਼ੋਰ ਲੱਗ ਗਿਆ ਇਹਦਾ, ਵੈਸੇ ਜ਼ੋਰ ਲੱਗਣਾ ਨਹੀਂ ਚਾਹੀਦਾ ਜਿਹੜੇ ਹਿਸਾਬ ਨਾਲ ਇਹਨੂੰ ਆਪਾਂ ਰੈਲਾ ਕੀਤਾ ਹੋਇਆ ਜਾਂ ਫਿਰ ਇਹਦੀ ਕੇਅਰ ਕਰਦੇ ਹਾਂ। ਅਤੇ ਨਹੀਂ ਨਹੀਂ ਜਾਊਗਾ ਉਹ ਤਾਂ ਕੁਛ, ਵੈਸੇ ਹੀ ਉੱਥੇ ਤਾਂ ਸਾਰਿਆਂ ਦੀ ਜਵਾਬ ਦੇ ਗਏ ਸੀ, ਉੱਥੇ ਕਿਹੜਾ ਇਕੱਲਾ ਆਪਣਾ ਮੋਟਰਸਾਈਕਲ ਜਵਾਬ ਦੇ ਗਿਆ ਸੀ, ਜਿਹੜੀ ਆਪਾਂ ਜੋ ਜਨਸਕਾਰ ਦੇ ਵਿੱਚ ਘੁੰਮ ਰਹੇ ਸੀ। ਆਰਮੀ ਏਰੀਆ ਥੋੜ੍ਹਾ ਜਿਹਾ ਇਹ, ਅਤੇ ਧਿਆਨ ਨਾਲ ਘੁੰਮਣਾ ਅਤੇ ਧਿਆਨ ਨਾਲ ਵੀਡੀਓ ਬਣਾਉਣੀ ਆ, ਕਿਸੇ ਵੀ ਆਰਮੀ ਦੇ ਕੈਂਪ ਦੀ ਜਾਂ ਕੋਈ ਐਵੇਂ ਦੀ ਪਰਸਨਲ ਜਿਹੜੀ ਵੀ ਗੱਲਬਾਤ ਹੁੰਦੀ ਆ ਹੈ ਨਾ, ਉਹਨੂੰ ਰਿਕਾਰਡ ਨਾ ਕਰੋ, ਟੰਬੇ ਪੈਣ ਵਾਲਾ ਕੰਮ ਹੋ ਸਕਦਾ। ਹਜੇ ਮੈਂ ਗਲਵਜ਼ ਸਿੰਗਲ ਪਾਏ ਨੇ, 23 ਕਿਲੋਮੀਟਰ ਬਹੁਤ ਜ਼ਿਆਦਾ ਹੁੰਦਾ, 18 ਕਿਲੋਮੀਟਰ ਸੀ ਬਾਰੀਲਾ ਪਤਾ ਨਹੀਂ 17 ਜਦੋਂ ਆਪਾਂ ਚੜ੍ਹਨਾ ਸ਼ੁਰੂ ਕੀਤਾ ਸਖਤੀ ਤੋਂ, ਕਿੰਨਾ ਟਾਈਮ ਲੱਗ ਗਿਆ ਸੀ। ਆਹ ਦੇਖੋ ਇੱਧਰਲੇ ਪਾਸੇ ਨਾ ਚੜ੍ਹਾਈ ਦਾ ਬਹੁਤ ਫਰਕ ਆ, ਹੈ ਤਾਂ 19 ਕਿਲੋਮੀਟਰ ਆ ਪਰ ਸਿੱਧਾ ਸਿੱਧਾ ਜਿਹਾ ਮਾਹੌਲ ਆ, ਲੱਦਾਖ ਸਾਰੇ 'ਚ ਹੀ ਆਈ ਆ। ਅਤੇ ਜਿਵੇਂ ਦੀਆਂ ਸੜਕਾਂ ਹਿਮਾਚਲ ਦੇ ਵਿੱਚ ਨੇ ਜਾਂ ਉੱਤਰਾਖੰਡ ਦੇ ਵਿੱਚ ਨੇ, ਇੱਥੇ ਉਹ ਮਾਹੌਲ ਨਹੀਂ ਹੈਗਾ। ਇੱਥੇ ਜਦੋਂ ਤੁਸੀਂ ਬਾਹਲੇ ਹਾਈ ਐਲਟੀਟਿਊਡ 'ਤੇ ਆ ਜਾਓਗੇ ਤੁਹਾਨੂੰ ਪਲੇਨ ਏਰੀਆ ਮਿਲਣ ਲੱਗ ਜਾਂਦਾ,
ਸੜਕਾਂ ਵੀ ਉਸੇ ਹਿਸਾਬ ਦੀਆਂ ਬਣਦੀਆਂ ਨੇ, 2-2 ਕਿਲੋਮੀਟਰ ਪਲੇਨ ਹੋਣਾ ਏਰੀਆ ਵੱਡੀ ਗੱਲ ਹੁੰਦੀ, ਆਹ ਵੀ ਦੇਖ ਲਓ ਪਲੇਨ ਹੀ ਆ ਸਾਰਾ, ਮਾੜੇ ਮੋਟੇ ਤਾਂ ਪਹਾੜਾਂ ਦੇ ਟਿੱਬੇ ਜੇ ਤਾਂ ਬਣੇ ਹੀ ਹੁੰਦੇ ਨੇ ਸਾਰੇ ਕਿਤੇ। ਉਹ ਦੇਖ ਲਓ ਸੜਕ ਸਿੱਧੀ ਜਾ ਰਹੀ ਆ, ਜਮਾਂ ਪਲੇਨ ਹੀ ਆ ਕੰਮ, ਕੁਛ ਨਹੀਂ ਹੈਗਾ ਯਾਰ ਇੱਥੇ ਨੇੜੇ ਤੇੜੇ, ਜਮੇ ਸੁੰਨਸਰਾਂ ਪਈ ਆ, ਸੁੰਨੇ ਪਹਾੜ ਨੇ, ਨਾ ਅੱਗੇ ਕੁਛ ਨਾ ਪਿੱਛੇ ਕੁਛ, ਖਤਰਨਾਕ ਜਿਹਾ ਮਾਹੌਲ ਆ ਫਿਲਹਾਲ। 14,000-14,500 ਫੁੱਟ ਤੋਂ ਆਪਾਂ ਚੱਲੇ ਸੀ ਅਤੇ 4500 ਫੁੱਟ ਦੇ ਨੇੜੇ ਤੇੜੇ ਆਪਾਂ ਤਾਂ ਨੂੰ ਜਾਣਾ, 19,000 ਫੁੱਟ ਜਾਣਾ ਆਪਾਂ। ਮਰਸੀ ਮਿਕਲਾ ਇੱਥੋਂ ਰਹਿ ਗਿਆ ਜੀ 12 ਕਿਲੋਮੀਟਰ ਦੇ ਨੇੜੇ ਤੇੜੇ, ਸੜਕ ਹਜੇ ਤੱਕ ਜਮ੍ਹਾਂ ਸਹੀ ਆ ਰਹੀ ਆ ਅਤੇ ਸਪੀਡ ਵਧੀਆ ਬਣੀ ਹੋਈ ਆ, ਦੂਜੇ ਤੀਜੇ ਗੇਅਰ 'ਚ ਵੀ ਚੱਲ ਰਿਹਾ ਮੋਟਰਸਾਈਕਲ। ਅਤੇ ਜਿੰਨੇ ਵੀ ਇੱਥੋਂ ਆਰਮੀ ਵਾਲੇ ਖੜ੍ਹੇ ਨੇ ਜਾਂ ਆਰਮੀ ਵਾਲੇ ਲੰਘਦੇ ਨੇ ਲੋਕ, ਜਵਾਨ ਜਿਹੜੇ ਵੀ ਹੈਗੇ ਨੇ, ਉਹ ਮੇਰੇ ਗਣੀ ਐਂ ਝਾਕ ਕੇ ਲੰਘਣਗੇ, ਪਿੱਛੇ ਮੁੜ ਮੁੜ ਕੇ ਦੇਖਣਗੇ, ਚਾਹੇ ਟਰੱਕਾਂ 'ਚ ਜਾ ਰਹੇ ਨੇ ਚਾਹੇ ਜਿਪਸੀਆਂ 'ਚ, ਕਿਉਂਕਿ ਇਧਰਲੇ ਪਾਸੇ ਆਉਂਦਾ ਕੋਈ ਨਹੀਂ। ਹੁਣ ਹੌਲੀ ਹੌਲੀ ਇਹ ਸ਼ਾਇਦ ਜੇ ਉਹਨਾਂ ਨੇ ਮੈਨੂੰ ਅਲਾਓ ਕੀਤਾ ਇੱਧਰ ਆਉਣ ਵਾਸਤੇ ਤਾਂ ਉਹਨਾਂ ਨੇ ਮਤਲਬ ਟੂਰਿਸਟਾਂ ਵਾਸਤੇ ਖੋਲ੍ਹਤਾ, ਪਰ ਹਜੇ ਲੋਕਾਂ ਦੀ ਨੌਲੇਜ ਤੋਂ ਬਾਹਰ ਆ ਇਹ, ਹੈ ਨਾ। ਜਿੱਥੇ ਤੱਕ ਮੈਂ ਜਾ ਰਿਹਾ ਉਦੋਂ ਗਾਂਹ ਵੀ ਚੀਜ਼ਾਂ ਹੈਗੀਆਂ ਨੇ, ਹੈ ਨਾ, ਦੇਖਦੇ ਕਿੱਥੇ ਤੱਕ ਜਾਣ ਦਿੰਦੇ ਨੇ ਉਹ, ਚੱਲ ਤੁਹਾਨੂੰ ਬਾਅਦ ਦੀ ਗੱਲਬਾਤ ਹੋਊਗੀ। ਪਰ ਮੇਰੇ ਭਾਵੇਂ ਤਾਂ ਆਪਾਂ ਇੱਕ ਪਾਸ 'ਤੇ ਚੱਲੇ ਹਾਂ ਜੀ, 18,900 ਫੁੱਟ ਦੇ ਨੇੜੇ ਤੇੜੇ, 19,000 ਫੁੱਟ ਦਾ ਐਲਟੀਟਿਊਡ ਆ, ਬਸ ਉਹਨੂੰ ਆਪਾਂ ਦੇਖਣ ਚੱਲੇ ਹਾਂ। ਕਿਉਂਕਿ ਜਿਹੜੇ ਮੋਟਰਸਾਈਕਲ ਚਲਾਉਂਦੇ ਨੇ ਨਾ, ਉਹਨਾਂ ਵਾਸਤੇ ਹਾਈ ਐਲਟੀਟਿਊਡ ਪਾਸਾਂ ਦੇ ਉੱਤੇ ਜਾਣਾ ਉਹਨਾਂ ਨੂੰ ਵਧੀਆ ਖੁਸ਼ੀ ਜੀ ਮਿਲਦੀ ਆ, ਬਸ ਐਂ ਲਾ ਲਓ ਤੁਸੀਂ। ਹੋਰ ਜੇ ਐਂ ਤਾਂ ਦੇਖਣ ਨੂੰ ਤਾਂ ਫਿਰ ਸਾਰੇ ਪਾਸੇ ਪਹਾੜ ਹੀ ਨੇ, ਹੋਰ ਕੁਛ ਨਹੀਂ, ਨਵੇਂ ਐਕਸਪੀਰੀਅੰਸ ਕਰਨ ਨੂੰ ਮਿਲਦੇ ਨੇ, ਆਕਸੀਜਨ ਦੇ ਨਾਲ ਲੜਨ ਦਾ ਮੌਕਾ ਮਿਲਦਾ, ਮੋਟਰਸਾਈਕਲ ਦਾ ਜ਼ੋਰ ਲਵਾਉਣ ਦਾ ਮੌਕਾ ਮਿਲਦਾ ਹਾਈ ਐਲਟੀਟਿਊਡ ਪਾਸਾਂ ਦੇ ਉੱਤੇ, ਹੈ ਨਾ, ਤਾਂ ਇਹ ਇੱਕ ਨਵੇਂ ਐਕਸਪੀਰੀਅੰਸ ਹੁੰਦੇ ਨੇ। ਚਲੋ ਜਿਵੇਂ ਜਿਵੇਂ ਤਾਂ ਨੂੰ ਜਾਈ ਜਾਵਾਂਗੇ, ਬੱਦਲ ਹੈ ਜਮਾਂ ਨਿਖਰੀ ਜਾਣਗੇ। ਹੋਰ ਫਿਲਹਾਲ ਮੈਂ ਮੀਟਰ ਜ਼ੀਰੋ ਕਰਤਾ ਸੀ ਜਿੱਥੋਂ ਚੈੱਕ ਪੋਸਟ ਤੋਂ, 13 ਕਿਲੋਮੀਟਰ ਆਪਾਂ ਆ ਗਏ ਹਾਂ, ਅਤੇ ਮਰਸੀ ਮਿਕਲਾ ਦਾ ਬੋਰਡ ਲੱਗਿਆ ਹੋਇਆ ਸਾਹਮਣੇ, ਉਹ ਦੇਖੋ 11 ਕਿਲੋਮੀਟਰ ਉੱਤਰ ਲੱਗੇ ਤਾਂ ਆਪਾਂ 15 ਮਿੰਟਾਂ 'ਚ ਪਹੁੰਚ ਜਾਵਾਂਗੇ। ਬਾਕੀ ਆਪਣੇ ਕੋਲ ਟਾਈਮ ਵੀ 1 ਘੰਟੇ 'ਤੇ ਹੀ ਆ, 1 ਘੰਟੇ 'ਚ ਆਪਾਂ ਕੀ ਕੁਛ ਕਰ ਦਾਂਗੇ, 9:48 ਦਾ ਟਾਈਮ ਆ ਜਦੋਂ ਆਪਾਂ ਉੱਥੇ ਐਂਟਰੀ ਕਰਵਾਈ ਆ। ਉਹ ਸਾਹਮਣੇ ਨਜ਼ਾਰਾ ਦੇਖ ਲਓ ਪਿੱਛੇ, ਮੌਸਮ ਬਹੁਤ ਨਿਖਰਿਆ ਹੋਇਆ ਇੱਧਰ, ਜਮਾਂ ਉਮਲਿੰਗਲਾ ਦੀ ਯਾਦ ਕਰਾਉਂਦੀ ਆ ਸੜਕ ਇਹ। ਉਹ ਸਾਹਮਣੇ ਖੱਚਰ ਜੇ ਫਿਰਦੇ ਨੇ, ਇਹ ਪਾਲਤੂ ਨਹੀਂ ਹੈਗੇ ਪਰ ਇਹਨਾਂ ਦੀ ਕਿਸਮ ਬਾਹਲੀ ਘੈਂਟ ਆ, ਦੇਖਣ ਨੂੰ ਸੋਹਣੇ ਬਾਹਲੇ ਲੱਗਦੇ ਨੇ ਇਹ, ਆਪਣੇ ਜਿਹੜੇ ਨੋਰਮਲ ਗਧੇ ਨੇ ਉਹਨਾਂ ਨਾਲੋਂ ਇਹਨਾਂ ਦਾ ਫਰਕ ਆ। ਇੱਥੇ ਰਾਹ ਦੇ ਵਿੱਚ ਖੜ ਕੇ ਨਾ ਐਵੇਂ ਜ਼ਿਆਦਾ ਵੀਡੀਓ ਨਹੀਂ ਬਣਾ ਸਕਦੇ, ਥੋੜ੍ਹਾ ਜਿਹਾ ਸੈਂਸਿਟਿਵ ਏਰੀਆ ਇਹ, ਅਤੇ ਆਉਂਦੇ ਹੋਏ ਦੇਖ ਲਾਂਗੇ। ਫਿਲਹਾਲ ਕਿਹੜਾ ਪਹੁੰਚ ਜਾਈਏ, 8 ਕਿਲੋਮੀਟਰ ਰਹਿ ਗਿਆ, ਉਹਨਾਂ ਨੇ ਕਿਹਾ 5 ਕਿਲੋਮੀਟਰ ਪਹਿਲਾਂ ਰੋਕ ਦੇਣਗੇ, ਸੋਰੀ 3 ਕਿਲੋਮੀਟਰ ਪਹਿਲਾਂ ਰੋਕ ਦੇਣਗੇ, 5 ਕਿਲੋਮੀਟਰ ਰਹਿ ਗਿਆ ਟੋਟਲ। ਵਾਹਿਗੁਰੂ, ਚਲੋ ਕੋਈ ਨਾ, ਫਿਰ ਤਾਂ ਆਪਾਂ ਆਰਾਮ ਨਾਲ ਪਹੁੰਚ ਜਾਂਗੇ 1 ਘੰਟੇ 'ਚ ਵਾਪਸ। ਕਿਉਂਕਿ ਇਹ ਨਹੀਂ ਹੈਗਾ ਚਾਈਨਾ ਬਾਰਡਰ ਕੁਛ ਬਾਹਲਾ ਨੇੜੇ ਆ, ਚਾਈਨਾ ਬਾਰਡਰ ਹਜੇ ਬਹੁਤ ਦੂਰ ਪਿਆ, ਪਰ ਐਂ ਆ ਵੀ ਇੱਧਰ ਸਿਵਲੀਅਨ ਨਹੀਂ ਰਹਿੰਦੇ ਹੈਗੇ, ਅਤੇ ਨਾ ਕੋਈ ਸ਼ਾਇਦ ਰਹਿਣ ਦੇਣਗੇ, ਨਾ ਕਦੇ ਕੋਈ ਪਹਿਲਾਂ ਰਹਿੰਦੇ ਹੋਣਗੇ, ਜੇ ਪਿੰਡ ਪਹਿਲਾਂ ਦਾ ਕੋਈ ਵਸਿਆ ਹੋਊਗਾ ਉਹ ਤਾਂ ਕੀ ਕਹਿਣਾ। ਲਓ ਜੀ ਬਣ ਗਈ ਗੱਲ, ਪਿੱਛੇ ਚੈੱਕ ਪੋਸਟ ਆਈ ਸੀ ਅਤੇ ਉੱਥੇ ਉਹਨਾਂ ਨੇ ਕਿਹਾ ਬਈ ਤੁਸੀਂ ਟੌਪ ਤੱਕ ਜਾ ਸਕਦੇ ਹੋ ਜਿੱਥੇ ਮਾਰਸੀ ਮਿਕਲਾ ਦਾ ਬੋਰਡ ਲੱਗਿਆ, ਜਿੱਥੇ ਉਹਦੀ ਹਾਈਟ ਵਗੈਰਾ ਸਾਰਾ ਕੁਛ ਲਿਖਿਆ ਹੋਇਆ, ਅਤੇ ਜਿਹੜੇ
ਪਹਿਲੀ ਚੈੱਕ ਪੋਸਟ ਆਈ ਸੀ ਉਹਨਾਂ ਨੇ ਕਿਹਾ ਸੀ ਵੀ ਤੁਹਾਨੂੰ ਇਸ ਚੈੱਕ ਪੋਸਟ ਤੋਂ ਅੱਗੇ ਨਹੀਂ ਜਾਣ ਦੇਣਾ ਜਿੱਥੇ ਮੈਂ ਹੁਣ ਐਂਟਰੀ ਕਰਵਾ ਕੇ ਆਇਆ। ਪਰ ਇਹਨਾਂ ਨੇ ਮੈਨੂੰ ਬਿਠਾਇਆ ਵਧੀਆ, ਇੱਜ਼ਤ ਮਾਣ ਕੀਤਾ, ਗੱਲਾਂ ਬਾਤਾਂ ਮਾਰੀਆਂ 500 'ਤੇ, ਵੀ ਕਮਾਲ ਹੋ ਗਿਆ ਨਾ, ਇਕੱਲਾ ਹੀ ਆ ਗਿਆ ਤੂੰ ਇੱਧਰ। ਅਤੇ ਮੈਂ ਪੁੱਛਿਆ, ਮੈਂ ਕਿਹਾ ਪਾਸ ਕਦੋਂ ਖੁੱਲ੍ਹਿਆ? ਕਹਿੰਦੇ ਜੀ ਡੇਢ ਮਹੀਨਾ ਹੋਇਆ ਪਾਸ ਖੁੱਲ੍ਹੇ ਨੂੰ, ਟੂਰਿਸਟ ਹਜੇ ਆਉਣਾ ਸ਼ੁਰੂ ਨਹੀਂ ਹੋਏ। ਪਰ ਤੁਸੀਂ ਕਹਿੰਦੇ ਇਸ ਸਟੋਪ ਤੋਂ ਗਾਹ ਨਹੀਂ ਜਾ ਸਕਦੇ, ਇੱਦੂ ਅੱਗੇ ਵਾਲੀਆਂ ਜਿਹੜੀਆਂ ਚੀਜ਼ਾਂ ਹੋਣਗੀਆਂ ਉਹ 1 ਸਾਲ ਦੇ ਅੰਦਰ ਅੰਦਰ ਖੁੱਲ੍ਹ ਜਾਣਗੀਆਂ। ਉਹਦੇ ਵਿੱਚ ਪੁਲਿਸ ਮੈਮੋਰੀਅਲ ਵੀ ਆ, ਹੌਟ ਸਪਰਿੰਗ ਵੀ ਆ, ਬਹੁਤ ਕੁਛ ਆ। ਅਤੇ ਫਿਲਹਾਲ ਆਪਾਂ ਨੂੰ ਐਂਟਰੀ ਮਿਲ ਗਈ ਅਤੇ ਆਪਣੀ ਜਿਹੜੀ ਕੱਲ੍ਹ ਦੀ ਭਗਾਈ ਆ 200 ਕਿਲੋਮੀਟਰ ਵਾਲੀ ਉਹ ਸਫਲ ਹੋ ਗਈ। ਅਤੇ ਹੁਣ ਆਪਾਂ ਬੋਰਡ 'ਤੇ, ਮਰਸੀ ਮਿਕਲ ਵਾਲੇ ਬੋਰਡ 'ਤੇ ਮੋਹਰ ਲਾ ਕੇ ਆਵਾਂਗੇ, ਫੋਟੋਆਂ ਖਿਚਾ ਕੇ ਆਵਾਂਗੇ। ਆਰਮੀ ਦੇ ਜਵਾਨ ਉੱਥੇ ਟੌਪ 'ਤੇ ਵੀ ਹੈਗੇ ਨੇ, ਬਾਈ ਜੀ ਨੇ ਦੱਸਿਆ ਮੈਨੂੰ। ਅਤੇ ਐਂਟਰੀ ਇੱਥੇ ਕਰਾਉਣ ਤੋਂ ਬਾਅਦ ਉੱਪਰ ਫੋਨ ਕੀਤਾ ਜਾਂਦਾ ਵੀ ਟੂਰਿਸਟ ਆਇਆ, ਭਾਈ ਸੈਂਸਿਟਿਵ ਏਰੀਆ, ਜ਼ਰੂਰੀ ਨੇ ਚੀਜ਼ਾਂ ਇਹ, ਹੈ ਨਾ। ਅਤੇ ਫੋਨ ਕਰਕੇ ਫਿਰ ਕਨਫਰਮ ਕਰਤਾ ਜਾਂਦਾ ਵੀ ਹਾਂ ਜੀ ਹਾਂ, ਬੰਦਾ ਭੇਜੋ, ਪਰਮਿਸ਼ਨ ਹੈਗੀ ਆ, ਚਲੋ ਜਾਣ ਦਿਉ। ਫਿਰ ਉਹਨਾਂ ਨੇ ਮੈਨੂੰ ਜਾਣ ਦਿੱਤਾ। ਚਲੋ ਜੋ ਵੀ ਸੀ ਪ੍ਰੋਸੈਸ ਆ ਉਹ ਤਾਂ ਆਪਾਂ ਨੂੰ ਕਰਨਾ ਹੀ ਪੈਣਾ ਸੀ। ਬਸ ਮੁੱਕਦੀ ਗੱਲ ਇਹ ਆ ਕਿ ਆਪਾਂ ਮਾਰਸੀ ਮਿਕਲਾ ਜਾ ਰਹੇ ਹਾਂ ਅਤੇ ਜਿਹੜੇ ਲੱਦਾਖ ਦੇ ਵਿੱਚ ਚੂਹੇ ਜਿਹੇ ਫਿਰਦੇ ਹੁੰਦੇ ਨੇ, ਵੱਡੇ ਵੱਡੇ ਖਰਗੋਸ਼ ਜਿਹੇ, ਉਹਨਾਂ ਦਾ ਅੰਗਰੇਜ਼ੀ 'ਚ ਨਾਮ ਪਤਾ ਨਹੀਂ ਕੀ ਆ, ਐਮ 'ਤੇ ਨਾਮ ਪੈਂਦਾ ਹੁੰਦਾ, ਆਹ ਫਿਰਦੇ ਨੇ, ਉਹ ਵੜ ਗਿਆ ਖੱਡ ਜੀ 'ਚ। ਮਰਸੀ ਮਿਕਲਾ ਲਿਖਿਆ ਜੀ ਇੱਥੇ ਹਿੰਦੀ ਦੇ ਵਿੱਚ, 4 ਕਿਲੋਮੀਟਰ। ਜਿਹੜਾ ਸਾਹਮਣੇ ਤੁਸੀਂ ਉਹ ਯੂ ਜਿਹਾ ਦੇਖ ਰਹੇ ਹੋ ਨਾ, ਵਿਚਾਲੋ ਐਂ ਕਰਵ ਜੀ ਬਣੀ ਹੋਈ ਆ, ਅਤੇ ਉੱਥੇ ਆਹੋ ਮਰਸੀ ਮਿਕਲਾ ਟੌਪ। ਲਓ ਜੀ ਮੋਟਰਸਾਈਕਲ ਦਾ ਵੀ ਪੂਰਾ ਜ਼ੋਰ ਲੱਗ ਰਿਹਾ, ਦੂਜੇ ਗੇਅਰ 'ਚ ਹੀ ਚੜ੍ਹਦਾ ਕਿਉਂਕਿ ਹੁਣ ਇੱਥੇ ਚੜ੍ਹਾਈ ਘੱਟ ਆ, ਐਲਟੀਟਿਊਡ ਵੱਧ ਗਿਆ। ਅਤੇ ਫਿਲਹਾਲ ਇਸ ਟਾਈਮ ਮੈਨੂੰ ਲੱਗਦਾ ਵੀ ਆਪਾਂ 18,000 ਫੁੱਟ ਦੇ ਐਲਟੀਟਿਊਡ 'ਤੇ ਫਿਰਦੇ ਹਾਂ, ਅਤੇ 18,000 ਫੁੱਟ ਦਾ ਐਲਟੀਟਿਊਡ ਬਹੁਤ ਜ਼ਿਆਦਾ ਹੁੰਦਾ। ਕਾਫੀ ਲੋਕਾਂ ਦੇ ਮੈਨੂੰ ਮੈਸੇਜ ਆਉਂਦੇ ਹੁੰਦੇ ਨੇ ਬਾਈ ਹਾਈ ਐਲਟੀਟਿਊਡ ਦੇ ਵਿੱਚ ਜਦੋਂ ਆਕਸੀਜਨ ਘੱਟ ਜਾਂਦੀ ਆ ਤਾਂ ਆਕਸੀਜਨ ਤੋਂ ਬਚਣ ਦਾ ਕੀ ਹੀਲਾ ਵਸੀਲਾ ਕਰਨਾ ਚਾਹੀਦਾ। ਮੈਂ ਪਹਿਲਾਂ ਵੀ ਦੱਸਿਆ ਵੀ ਵੱਧੋ ਵੱਧ ਪਾਣੀ ਪੀਓ ਅਤੇ ਰੋਟੀ ਘੱਟ ਖਾਓ, ਠੀਕ ਹੈ। ਇਹ ਨਾ ਵੀ ਭੁੱਖੇ ਤੁਰਪੋ, ਰੋਟੀ ਖਾਓ। ਜੇ ਤੁਸੀਂ 4 ਰੋਟੀਆਂ ਤੁਹਾਡੀ ਖੁਰਾਕ ਆ ਤਾਂ 2 ਖਾਓ, ਠੀਕ ਹੈ। 2 ਰੋਟੀ ਖੁਰਾਕ ਆ ਤੁਹਾਡੀ, 1 ਖਾਓ, ਠੀਕ ਆ। ਵਾਲੀਆਂ ਮੈਗੀਆਂ ਮੂਗੀਆਂ ਕੁਰਕਰੇ ਚਿਪਸਾਂ 'ਤੇ ਵਾਲਾ ਜ਼ੋਰ ਨਾ ਦਿਉ, ਪਾਣੀ ਪੀਓ, ਓਆਰਐਸ ਘੋਲ ਕੇ ਪੀਓ, ਸਭ ਤੋਂ ਵਧੀਆ। ਉਹ ਤੁਹਾਡੀ ਪਾਣੀ ਦੀ ਕਮੀ ਪੂਰੀ ਕਰ ਦਿੰਦਾ। ਹੁਣ ਇੱਥੇ ਠੰਡ ਜ਼ਿਆਦਾ ਆ, ਪਾਣੀ ਪੀਤਾ ਨਹੀਂ ਜਾਂਦਾ ਬਾਹਲਾ, ਹੈ ਨਾ। ਫਿਰ ਜੇ ਜ਼ਿਆਦਾ ਪਾਣੀ ਪੀਂਦੇ ਆ ਫਿਰ ਵਾਰ ਵਾਰ ਬਾਥਰੂਮ ਆਉਂਦਾ, ਤੰਗ ਹੁੰਦੇ ਆ। ਅਤੇ ਫਿਰ ਉਹਦੇ ਕਰਕੇ ਤੁਸੀਂ ਓਆਰਐਸ ਰੱਖੋ, ਉਹ ਘੋਲ ਕੇ ਪੀ ਲਓ, ਤੁਹਾਡੀ ਪਾਣੀ ਦੀ ਜਿਹੜੀ ਕਮੀ ਆ ਉਹਨੂੰ ਪੂਰੀ ਕਰ ਦੂਗਾ। ਹਾਲਾਂਕਿ ਮੈਂ ਓਆਰਐਸ ਘੋਲ ਨਹੀਂ ਰੱਖਦਾ ਆਪਦੇ ਕੋਲ, ਕਿਉਂਕਿ ਮੈਨੂੰ ਨਹੀਂ ਪ੍ਰੋਬਲਮ ਆਉਂਦੀ ਆਕਸੀਜਨ ਦੀ, ਯੂਜ਼ ਟੂ ਹੋ ਗਏ ਜਾਂ ਵੈਸੇ ਹੀ ਮਤਲਬ ਥੋੜ੍ਹਾ ਜਿਹਾ ਐਕਸਰਸਾਈਜ਼ ਵਗੈਰਾ ਆਪਾਂ ਕਰਦੇ ਰਹੀਦਾ ਘਰੇ ਵੀ, ਅਤੇ ਤਾਂ ਕਰਕੇ ਬਸ ਮੈਂ ਪਾਣੀ ਦੀ ਬੋਤਲ ਜ਼ਰੂਰ ਰੱਖਦਾ। ਹੁਣ ਤੜਕੇ ਜਿਵੇਂ ਮੈਂ ਬਿਸਕੁਟ ਦਾ ਪੈਕਟ ਖਾ ਕੇ ਆਇਆ ਇੱਕ, ਅਤੇ ਇੱਕ ਖਾਧੀ ਆ ਮੈਂ ਚੋਕਲੇਟ, ਹਜੇ ਨੇੜੇ ਤੇੜੇ ਨਹੀਂ ਮੇਰੇ ਭੁੱਖ। ਹਾਂ ਜੀਵ ਦੇ ਲਾਲਚ ਨੂੰ, ਜੀਵ ਦੇ ਸਵਾਦ ਨੂੰ ਮੈਗੀਆਂ ਮੂਗੀਆਂ ਖਾ ਲਈਦੀਆਂ ਨੇ, ਹੁੰਦੀਆਂ ਮੈਗੀਆਂ ਹੀ ਮਾੜੀਆਂ ਨੇ, ਇਦੋਂ ਵਧੀਆ ਤਾਂ ਚੌਲ ਖਾ ਲਓ। ਲੈ ਬਈ ਪਹੁੰਚ ਗਏ ਹਾਂ ਜੀ ਆਪਾਂ ਵਰਲਡ ਹਾਈਐਸਟ ਮੋਟਰੇਬਲ ਪਾਸ ਇਨ ਦਾ ਵਰਲਡ। ਅੱਛਾ, 4th ਨੰਬਰ 'ਤੇ, ਮੈਨੂੰ ਲੱਗਦਾ 2nd ਨੰਬਰ 'ਤੇ ਆ, 18,314 ਫੁੱਟ 'ਤੇ। ਪੰਜਾਬ ਵਾਲੇ ਬਾਈ ਨਾ ਹੁਣ ਰੋਕਦਾ ਸਰ ਇੱਥੇ, ਫੋਟੋਆਂ ਖਿੱਚ ਲੀਆਂ, ਰੀਲਾਂ ਬਣਾ ਲਈਆਂ। ਸਾਹਮਣੇ ਭਾਈ ਇੱਕ ਮੰਦਰ ਬਣਿਆ ਹੋਇਆ ਜੀ, ਇੱਧਰਲੇ ਪਾਸੇ ਜਾਣਾ ਅਲਾਊਡ ਨਹੀਂ ਹੈਗਾ, ਉੱਧਰਲੇ ਪਾਸੇ ਚਾਈਨਾ ਬਾਰਡਰ ਆ, ਇੱਥੇ ਤੱਕ ਹਜੇ ਪਰਮਿਸ਼ਨ ਆ, ਅਤੇ ਅੱਗੇ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਉਹ ਵੀ ਸ਼ਾਇਦ ਹਜੇ ਆਉਣ ਵਾਲੇ ਟਾਈਮ ਦੇ ਵਿੱਚ ਖੁੱਲ੍ਹ ਜਾਣ। ਦੁਨੀਆ ਦਾ 4th ਸਭ ਤੋਂ ਉੱਚਾ ਪਾਸ ਮਿਰ ਮਿਸ ਕੀ ਆ ਯਾਰ, ਮਰਸੀ ਮਿਕਲਾ, 18,300 ਫੁੱਟ 'ਤੇ ਆਪਾਂ
ਫਤਿਹ ਕਰ ਲਿਆ, ਬਸ ਆਕਸੀਜਨ ਬਹੁਤ ਘੱਟ ਆ ਇੱਥੇ ਅਤੇ ਬਾਹਲਾ ਟਾਈਮ ਖੜਿਆ ਨਾ ਕਰੋ ਇੱਥੇ, ਹੁਣ ਚੱਕੀ ਆਪਦਾ ਸਾਜੋ ਸਮਾਨ ਅਤੇ ਚੱਲੀਏ ਠਾਹ ਨੂੰ। ਇਸ ਟਾਈਮ ਆਪਾਂ ਖੜੇ ਹਾਂ ਜੀ ਦੁਨੀਆ ਦੇ ਚੌਥੇ ਸਭ ਤੋਂ ਉੱਚੇ ਪਾਸ ਦੇ ਉੱਤੇ, ਇਹਦਾ ਨਾਮ ਹੈਗਾ ਜੀ ਮਰਸੀ ਮਿਕਲਾ ਅਤੇ ਬਹੁਤ ਲੇਟੈਸਟ ਪਾਸ ਖੁੱਲ੍ਹਿਆ ਇਹ, ਬਹੁਤ ਘੱਟ ਲੋਕ ਇੱਥੇ ਆਉਂਦੇ ਨੇ। ਇਹਦੀ ਹਾਈਟ ਹੈਗੀ ਆ 18,314 ਫੁੱਟ, ਗੂਗਲ 'ਤੇ ਨੈੱਟ 'ਤੇ ਜੋ ਦੇਖਦੇ ਤਾਂ 18,300 ਕੁਛ ਆਉਂਦਾ ਅਤੇ ਬਹੁਤ ਘੱਟ ਲੋਕਾਂ ਨੇ ਇਸ ਪਾਸ ਬਾਰੇ ਸੁਣਿਆ ਹੋਊਗਾ। ਅਤੇ ਜੇ ਕਿਸੇ ਨੇ ਸੁਣਿਆ, ਜੇ ਕਿਸੇ ਨੇ ਕੀਤਾ ਤਾਂ ਭਾਈ ਜ਼ਰੂਰ ਦੱਸਿਓ। ਆਪਾਂ ਆਪਦਾ ਮੋਟਰਸਾਈਕਲ ਰੋਇਲ ਇਨਫੀਲਡ ਮਟਿਓਰ PB13 ਇੱਥੇ ਵੀ ਭਾਈ ਲੈ ਕੇ ਆ ਗਏ ਹਾਂ। ਅਤੇ ਇੱਥੇ ਬੋਰਡ ਲੱਗਿਆ ਹੋਇਆ ਜੀ 4th ਹਾਈਐਸਟ ਮੋਟਰੇਬਲ ਪਾਸ ਇਨ ਦਾ ਵਰਲਡ ਮਰਸੀ ਮੇਕਲਾ 18,314 ਫੁੱਟ, ਪਰ ਜਦੋਂ ਨੈੱਟ ਦੇ ਉੱਤੇ ਕੱਢਦੇ ਹਾਂ ਤਾਂ ਉੱਥੇ 18,900 ਕੁਛ ਆਉਂਦਾ। ਕਿਹਨੇ ਕਿਹਨੇ ਭਾਈ ਇਸ ਪਾਸ ਬਾਰੇ ਸੁਣਿਆ ਅਤੇ ਕਿਹਨੇ ਕਿਹਨੇ ਇਹ ਕੀਤਾ, ਮੈਨੂੰ ਸ਼ਿਓਰਟੀ ਆ ਵੀ ਕਿਸੇ ਨੇ ਸ਼ਾਇਦ ਹੀ ਸੁਣਿਆ ਹੋਵੇ ਅਤੇ ਸ਼ਾਇਦ ਹੀ ਕੀਤਾ ਹੋਵੇ। ਆਪਾਂ ਆਪਦਾ ਮੋਟਰਸਾਈਕਲ PB13 ਸੰਗਰੂਰ ਤੋਂ ਪੰਜਾਬ ਤੋਂ ਲਿਆ ਕੇ ਮਰਸੀ ਮਿਕਲਾ ਲਾ ਤੇ ਲਾਤਾ, ਇਦੂ ਬਾਅਦ ਜਾਣਾ ਅਲਾਊਡ ਨਹੀਂ ਹੈਗਾ ਕਿਸੇ ਨੂੰ ਵੀ। ਚੈੱਕ ਪੋਸਟ 'ਤੇ ਦੂਜੀ ਵਾਰੀ ਐਂਟਰੀ ਨਹੀਂ ਕਰਾਉਣੀ ਹੁੰਦੀ, ਇੱਕ ਵਾਰੀ ਤੁਸੀਂ ਆਪਦੀ ਐਂਟਰੀ ਕਰਾ ਕੇ ਚਲੇ ਜਾਓ। ਤੁਹਾਡਾ ਕੋਈ ਵੀ ਡਾਕੂਮੈਂਟ ਇੱਥੇ ਨਹੀਂ ਰੱਖਿਆ ਜਾਂਦਾ, ਤੁਹਾਡਾ ਆਧਾਰ ਕਾਰਡ ਨੂੰ ਦੇਖ ਕੇ ਐਂਟਰੀ ਕਰਕੇ ਵਾਪਸ ਭੇਜ ਦੇਣਗੇ। ਜਿਹੜੀ ਚੈੱਕ ਪੋਸਟ 'ਤੇ ਥੱਲੇ ਵਾਲੇ ਜਵਾਨਾਂ ਨੇ ਕਿਹਾ ਸੀ ਵੀ ਤੁਹਾਨੂੰ ਟੱਪਣ ਨਹੀਂ ਦੇਣਾ, ਉਹ ਚੈੱਕ ਪੋਸਟ ਤੋਂ ਆਪਾਂ ਹੁਣ ਵਾਪਸ ਆ ਗਏ ਹਾਂ। ਅਤੇ ਹੁਣ ਜਿਹੜੀ ਥੱਲੇ ਉਹਨਾਂ ਨੇ ਘੰਟੇ ਦਾ ਟਾਈਮ ਦਿੱਤਾ ਸੀ ਉਹ, ਪਰ ਇੱਥੋਂ ਵਾਲੇ ਨੇ ਕਿਹਾ ਕਹਿੰਦੇ ਵੀ ਕੋਈ ਘੰਟੇ ਘੁੰਟੇ ਦਾ ਟਾਈਮ ਦਾ ਕੋਈ ਚੱਕਰ ਨਹੀਂ ਹੈਗਾ, ਜਿੰਨਾ ਮਰਜ਼ੀ ਤੁਸੀਂ ਇੱਥੇ ਟਾਈਮ ਲਾ ਸਕਦੇ ਹੋ, ਇਹ ਤੁਹਾਡੇ 'ਤੇ ਡਿਪੈਂਡ ਕਰਦਾ। ਮਤਲਬ ਜਿੰਨਾ ਮਰਜ਼ੀ ਦਾ ਸੈਂਸ ਇਹ ਨਹੀਂ ਵੀ ਤੁਸੀਂ ਕਹੋ ਵੀ ਰਾਤ ਹੀ ਰਹਿਣਾ ਤਾਂ ਮਤਲਬ ਵੀ ਚਲੋ ਉੱਪਰ ਸਟੇਅ ਕਰ ਸਕਦੇ। ਉਹਨਾਂ ਨੇ ਆਪਾਂ ਨੂੰ ਘੰਟਾ ਸਾਰਾ ਅਪ ਡਾਊਨ ਦਾ ਮਿਲਾ ਕੇ ਦਿੱਤਾ ਵੀ ਉੱਪਰ ਜਾਣ ਦਾ ਥੱਲੇ ਮੁੜਨ ਦਾ। ਹੁਣ ਹੱਥ ਸੁੰਨ ਹੋ ਗਏ ਪੂਰੇ। ਆਹ ਦੇਖੋ ਭਾਈ ਇਹਨਾਂ ਘੋੜਿਆਂ ਦੀ ਮੈਂ ਗੱਲ ਕਰਦਾ ਸੀ, ਹੈ ਤਾਂ ਖੱਚਰ ਨੇ, ਘੋੜੇ ਨਿਕਲ ਜਾਂਦਾ ਮੂੰਹ ਚੋਂ। ਆਹ ਦੇਖੋ ਇਹ ਇੱਥੇ ਬਹੁਤ ਜ਼ਿਆਦਾ ਨੇ ਅਤੇ ਵਧੀਆ ਨਸਲ ਦੇ ਨੇ ਇਹ, ਡਰਦੇ ਵਾਲਾ ਨੇ ਮੋਟਰ ਮੋਟਰਸਾਈਕਲਾਂ ਤੋਂ। ਇਹ ਡਾਰਾ ਬਣਾ ਕੇ ਐਂ ਫਿਰਦੇ ਆ, ਬੱਗ ਬਣਾਈ ਪਈ 25-25, 30-30 ਘੋੜੇ ਉੱਥੇ ਆਪਣੇ ਉਮਲਿੰਗਲਾ ਵਾਲੇ ਪਾਸੇ ਨੂੰ ਮੈਂ ਦੇਖੇ ਸੀ ਪਿਛਲੇ ਸਾਲ। ਇਹ ਤਾਂ ਕੁਦਰਤੀ, ਹੁਣ ਮੈਂ ਲੰਘਦੇ ਦੇਖ ਕੇ ਮੈਂ ਤੁਹਾਨੂੰ ਤਾਂ ਦਿਖਾਤੀ। ਇਹ ਬਰਾਊਨ ਜੇ ਇਹ ਜੇ ਵਧੀਆ ਨਸਲ ਦੇ ਗਧੇ ਨੇ ਇਹ, ਥੱਲੇ ਸਾਰੀਆਂ ਭੇਡਾਂ ਫਿਰਦੀਆਂ ਨੇ। ਲਓ ਜੀ ਪਹੁੰਚ ਗਏ ਆਪਾਂ ਦੁਬਾਰੇ ਫੋਬਰੰਗ 'ਤੇ। ਹੁਣ ਮੈਨੂੰ ਟਾਈਮ ਟੂਮ ਦਾ ਨਹੀਂ ਪਤਾ, ਜਿਹੜਾ ਤੜਕੇ ਉਹਨਾਂ ਨੇ ਦਿੱਤਾ ਸੀ ਮੈਨੂੰ ਵੀ 1 ਘੰਟੇ 'ਚ ਮੁੜ ਕੇ ਆਉਣਾ, ਕਿਉਂਕਿ ਜਦੋਂ ਮੈਂ ਤਾਂ ਗਿਆ ਨਾ ਜਿਹੜੇ ਉੱਥੇ ਹੋਰ ਵੱਡੇ ਅਫਸਰ ਬੈਠੇ ਸੀ ਉਹਨਾਂ ਨੇ ਮੈਨੂੰ ਕਿਹਾ ਕਹਿੰਦਾ ਟਾਈਮ ਟੂਮ ਦੀ ਕੋਈ ਦਿੱਕਤ ਨਹੀਂ ਬਾਈ, ਇੰਨਾ ਚਿਰ ਮਰਜ਼ੀ ਰਹਿ। ਅਤੇ ਇਹਨਾਂ ਨੇ ਫਿਰ ਬਾਈਆਂ ਨੇ ਮੈਨੂੰ ਟਾਈਮ ਦਿੱਤਾ ਸੀ, ਉਹਨਾਂ ਨੇ ਤਾਂ ਮੈਨੂੰ ਇਹ ਵੀ ਕਹਿਤਾ ਸੀ ਕਹਿੰਦਾ ਥੱਲੇ ਥੱਲੇ ਐਂਟਰੀ ਕਰਾਉਣ ਦੀ ਕੋਈ ਲੋੜ ਨਹੀਂ ਸੀ, ਤੁਸੀਂ ਸਿੱਧੀ ਸਾਡੇ ਕੋਲ ਐਂਟਰੀ ਕਰਾਉਣੀ ਸੀ, ਮੇਨ ਚੈੱਕ ਪੋਸਟ ਇਹ ਆ। ਮੈਂ ਕਿਹਾ ਨਹੀਂ ਜੀ ਉੱਥੇ ਚੈੱਕ ਪੋਸਟ ਬਣੀ ਹੋਈ ਆ, ITBP ਵਾਲੇ ਅਤੇ ਲੱਦਾਖ ਪੁਲਿਸ ਵਾਲੇ ਜਵਾਨ ਬੈਠੇ ਨੇ। ਕਹਿੰਦਾ ਅੱਛਾ, ਕਹਿੰਦਾ ਫਿਰ ਸਾਨੂੰ ਨਹੀਂ ਪਤਾ, ਕਹਿੰਦਾ ਵੈਸੇ ਮੇਨ ਇਹ ਆ ਇੱਥੇ ਹੋਣੀ ਜ਼ਰੂਰੀ ਆ, ਉੱਥੋਂ ਜਿਹੜਾ ਮਰਜ਼ੀ ਲੰਘਿਆ ਵੀ ਕੋਈ ਗੱਲ ਨਹੀਂ ਦੇਖ ਲਾਂਗੇ ਕਹਿੰਦਾ। ਅਤੇ ਮੈਂ ਕਿਹਾ ਚਲੋ ਠੀਕ ਹੈ ਸਰ, ਰੂਲ ਇਜ਼ ਰੂਲ, ਜਿੱਥੇ ਆਪਾਂ ਨੂੰ ਰੋਕਿਆ ਆਰਮੀ ਕੰਟੇਨਮੈਂਟ 'ਚ ਆਉਣਾ, ਇੱਥੇ ਕਿਸੇ ਵੀ ਤਰ੍ਹਾਂ ਤੁਸੀਂ ਆਪਦੀ ਮਨ ਮਰਜ਼ੀ ਨਹੀਂ ਕਰਨੀ, ਤੁਹਾਨੂੰ ਕੋਈ ਹੱਥ ਦਿੰਦਾ, ਤੁਹਾਨੂੰ ਕੋਈ ਸੀਟੀ ਮਾਰਦਾ ਆਰਮੀ ਵਾਲਾ, ਬਿਨਾਂ ਕਿਸੇ ਝਿਜਕ ਤੋਂ ਤੁਸੀਂ ਰੁਕ ਜਾਣਾ, ਠੀਕ ਹੈ, ਕਿਉਂਕਿ ਇਹਨਾਂ ਦੀ ਡਿਊਟੀ ਆ, ਚਾਈਨਾ ਬਾਰਡਰ ਨੇੜੇ ਆ, ਇੱਧਰਲੇ ਪਾਸੇ ਕ੍ਰਿਟੀਕਲ ਸਿਚੁਏਸ਼ਨ ਰਹਿੰਦੀ ਹੈ ਚਾਈਨਾ ਬਾਰਡਰਾਂ 'ਤੇ, ਪਾਕਿਸਤਾਨ ਬਾਰਡਰਾਂ 'ਤੇ, ਤਾਂ ਕਰਕੇ ਫਿਰ ਇੱਥੇ ਤੁਹਾਨੂੰ ਇਹਨਾਂ ਦੇ ਅਕੋਰਡਿੰਗ ਹੀ ਚੱਲਣਾ ਪਊਗਾ। ਜਦੋਂ ਤੁਸੀਂ ਥੱਲੇ ਨੂੰ ਉਤਰ ਗਏ ਫਿਰ ਤੁਹਾਡੀ ਆਪਦੀ ਮਰਜ਼ੀ, ਜਿੱਧਰ ਮਰਜ਼ੀ ਜੋ ਮਰਜ਼ੀ ਕਰੀ ਜਾਓ, ਰੁਕਣਾ ਰੋਕੋ, ਨਹੀਂ ਰੁਕਣਾ ਨਾ ਰੁਕੋ, ਪਰ ਬਾਰਡਰ ਦੇ ਉੱਤੇ ਤੁਸੀਂ ਆ ਕੇ ਇਹ ਚੀਜ਼ਾਂ ਨਹੀਂ ਕਰਨੀਆਂ। ਬਹੁਤ ਜ਼ਿਆਦਾ ਭੁੱਖ ਲੱਗਿਆ ਜੀ ਹੁਣ, ਅਤੇ ਕੁਛ ਖਾਣੇ ਪੀਣੇ ਆ, ਅਤੇ ਉੱਥੇ ਬਹਿ ਕੇ ਫਿਰ ਤੁਹਾਨੂੰ ਆਪਾਂ
ਅਪਡੇਟ ਦਿੰਦੇ ਹਾਂ। ਸਾਰੇ ਰਾਹ ਯਾਰ ਇੱਕ ਵੀ ਬਾਈਕਰ, ਇੱਕ ਵੀ ਟੂਰਿਸਟ, ਨਾ ਕੋਈ ਜਾਂਦਾ ਦਿਖਿਆ ਅਤੇ ਨਾ ਕੋਈ ਆਉਂਦਾ ਦਿਖਿਆ। ਇੰਨਾ ਇਹ ਮਤਲਬ ਲੋਕ ਇੱਥੇ ਜਾਣਦੇ ਨਹੀਂ ਇਹ ਚੀਜ਼ ਬਾਰੇ। ਹਾਂਜੀ ਸਰ, ਹਾਂਜੀ ਆ ਗਿਆ ਘੰਟੇ ਮੇਂ। ਅੱਛਾ ਫਿਰ ਤੋਂ ਪੱਕਾ ਰਹਾ ਮੈਂ ਆਪਣੀ ਜ਼ਬਾਨ ਕਾ। ਠੀਕ ਹੈ ਜੀ, ਕਰਨੀ ਸਰ ਐਂਟਰੀ ਕੋਈ ਸਾਈਨ? ਅੱਛਾ ਦੋ ਘੰਟੇ ਲੱਗੇ। ਅੱਛਾ ਫਿਰ ਮੈਨੂੰ ਨਹੀਂ ਪਤਾ ਸਰ, ਉੱਪਰ ਮੈਂ ਬੈਠ ਗਿਆ ਉਹਨਾਂ ਕੇ ਪਾਸ ਤੋਂ, ਉਹਨਾਂ ਨੇ ਬਿਠਾ ਲਿਆ ਮੁਝੇ ਕਾਫੀ ਟਾਈਮ। ਹਾਂਜੀ ਹਾਂ ਆਰਮੀ ਵਾਲੇ ਕੋਲ, ਉਹਨਾਂ ਕੇ ਅੰਦਰ ਚਲਾ ਗਿਆ, ਬੈਠੇ ਰਹੇ ਵਹਾਂ ਪੇ 5-10 ਮਿੰਟ ਵਹਾਂ ਪੇ। ਟੋਪ ਪੇ ਭੇਜ ਦਿਆ ਸਾਨੂੰ ਨੇ, ਜੋ ਬਿਲਕੁਲ ਟੋਪ ਪੇ ਥਾ। ਹਾਂ ਉਹਨੇ ਐਂਟਰੀ ਕਰਵਾਈ ਔਰ ਆ ਕੇ ਫੋਨ ਕਰਕੇ ਪੁੱਛਿਆ ਵੀ ਟੂਰਿਸਟ ਆਇਆ ਹੈ, ਜਾਣੇ ਦੇ, ਉਹਨੇ ਬੋਲਿਆ ਜਾਣੇ ਦਿਓ, ਫਿਰ ਟੋਪ ਪੇ ਗਿਆ ਸੀ, ਇਸ ਲਈ ਟਾਈਮ ਲੱਗ ਗਿਆ। ਹਾਂਜੀ ਮੇਰੇ ਕੋਲ 6 ਕਿਲੋਮੀਟਰ ਪਹਿਲੇ ਰੋਕ ਲਿਆ ਸਾਨੂੰ ਨੇ, 18,300 ਕੁਛ ਥਾ। ਹਾਂਜੀ 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 ਠੀਕ ਹੈ ਸਰ, ਉਸ ਕੇ ਆ ਕੇ ਨਹੀਂ ਕਹਿੰਦੇ ਜਾਣੇ ਦਿੱਤੇ ਬਸ, ਉਸ ਕੇ ਬਾਅਦ ਕਹਿੰਦੇ ਆ ਗਏ ਆ ਕੇ ਖੁੱਲ੍ਹਾ ਨਹੀਂ ਹੈ ਉਹ। ਹਾਂ ਕਹਿੰਦੇ ਬਾਅਦ ਮੇਂ ਖੁੱਲ੍ਹੇਗਾ ਵੀ। ਠੀਕ ਹੈ ਸਰ, ਓਕੇ ਜੀ। ਹਾਂਜੀ ਹਾਂਜੀ ਠੀਕ ਹੈ ਸਰ। ਲੰਮਾ ਤਾਂ ਘੰਟਾ ਕਹਿੰਦਾ ਸੀ, ਉੱਥੇ 2 ਘੰਟੇ ਲਾ ਕੇ ਕਿਆ। ਮੈਂ ਕਿਹਾ ਜੀ ਜਵਾਨ ਦਾ ਮੈਂ ਟਾਈਮ ਵੀ ਨਹੀਂ ਚੈੱਕ ਕੀਤਾ ਮੈਂ ਕਿੰਨਾ ਟਾਈਮ ਹੋ ਗਿਆ, ਕਹਿੰਦਾ ਬਾਈ ਕਹਿੰਦਾ ਘੰਟਾ ਨਹੀਂ 2 ਘੰਟੇ ਹੋ ਗਏ। ਮੈਂ ਕਿਹਾ ਅੱਛਾ ਜੀ, ਫਿਰ ਐਂ ਹੋਇਆ ਨਾ ਉਹਨਾਂ ਨੇ ਪਹਿਲਾਂ ਤਾਂ ਮੈਨੂੰ ਪਾਸ ਤੋਂ ਉਰਾਂ ਭੇਜ ਦੇਣਾ ਸੀ ਵਾਪਸ, ਫਿਰ ਤਾਂ ਇਹ ਮੁੰਡਿਆਂ ਦਾ, ਪਰ ਉਹਨਾਂ ਨੇ ਤਾਂ ਆਪਾਂ ਨੂੰ ਗਾਹਾਂ ਜਾਣ ਦਿੱਤਾ ਸੀ, ਅਤੇ ਗਾਹਾਂ ਫਿਰ ਜਾਣ 'ਤੇ 6 ਕਿਲੋਮੀਟਰ ਸੀ, 6 ਕਿਲੋਮੀਟਰ ਨੂੰ 15-20 ਮਿੰਟ ਉਹ ਲੱਗ ਗਏ ਜਾਣ 'ਤੇ, 10 ਕੁ ਮਿੰਟ ਉੱਥੇ ਖੜ੍ਹੇ ਰਹੇ ਹਾਂ। ਚਲੋ ਜੀ ਉਹ ਜੀ ਮਰਸੀ ਮਿਕ ਲਾ ਫਤਿਹ ਕਰਕੇ ਆਪਾਂ ਵਾਪਸ ਆ ਗਏ ਹਾਂ। ਫਤਿਹ ਸ਼ਬਦ ਇਹਨੂੰ ਤਾਂ ਵਰਤ ਲਈਦਾ ਕਿਉਂਕਿ ਬਾਈਕਰਾਂ ਵਾਸਤੇ ਬਹੁਤ ਵੱਡੀਆਂ ਗੱਲਾਂ ਹੁੰਦੀਆਂ ਨੇ, ਇੰਨੇ ਉੱਚੀਆਂ ਉੱਚੀਆਂ ਪਹਾੜਾਂ ਦੇ ਉੱਤੇ ਆਪਦਾ ਮੋਟਰਸਾਈਕਲ ਚਲਾ ਕੇ ਲੈ ਕੇ ਜਾਣਾ, ਜਿੱਥੇ ਆਕਸੀਜਨ ਨਾ ਮਾਤਰ ਹੁੰਦੀ ਆ, ਵੱਡੀਆਂ ਵੱਡੀਆਂ ਗੱਡੀਆਂ ਵੀ ਉੱਥੇ ਸਕਿੱਡ ਮਾਰ ਜਾਂਦੀਆਂ ਨੇ, ਹੈ ਨਾ, ਠੰਡ ਦੇ ਵਿੱਚ ਵੀ ਮੋਟਰਸਾਈਕਲ ਚਲਾ ਕੇ ਲੈ ਕੇ ਜਾਂਦੇ ਹਾਂ, ਤਾਂ ਕਰਕੇ ਇਹਨੂੰ ਫਿਰ ਅਸੀਂ ਫਤਿਹ ਦਾ ਸ਼ਬਦ ਵਰਤ ਲਈਦਾ, ਅਤੇ ਤਾਂ ਕਰਕੇ ਇਹਦੇ ਵਾਸਤੇ ਫਤਿਹ ਦਾ ਸ਼ਬਦ ਵਰਤ ਲਈਦਾ। ਮੈਨੂੰ ਐਂ ਲੱਗਦਾ ਸੀ ਵੀ ਇਹ ਦੁਨੀਆ ਦਾ 2 ਨੰਬਰ ਦਾ ਸਭ ਤੋਂ ਉੱਚਾ ਪਾਸ ਆ, ਕਿਉਂਕਿ ਇੰਟਰਨੈਟ ਦੇ ਉੱਤੇ ਇਹਦੀ ਹਾਈਟ ਨਿਕਲਦੀ ਆ 18,900 ਕੁਛ, ਉਸ ਤੋਂ ਬਾਅਦ ਫਿਰ ਉਹ ਮਲਿੰਗਲਾ ਪਾਸ ਆ ਜਾਂਦਾ, ਪਰ ਉੱਥੇ ਜਾ ਕੇ ਪਤਾ ਲੱਗਿਆ ਵੀ 18,300 ਕੁਛ ਸੀ। ਅਤੇ ਚਲੋ ਆਪਾਂ ਫਤਿਹ ਕਰ ਲਿਆ, ਬਸ ਮੁੱਕਦੀ ਗੱਲ ਇਹ ਆ ਵੀ ਮੋਟੀ ਮੋਟੀ ਇਨਫੋਰਮੇਸ਼ਨ ਤੁਹਾਨੂੰ ਦੇ ਦਈਏ ਵੀ ਜਿਹੜੇ ਲੱਦਾਖ ਦੇ ਪਰਮਿਟ ਬਣਦੇ ਨੇ ਉਹਦੇ ਵਿੱਚ ਮਰਸੀ ਮਿਕ ਲਾ ਦੀ ਆਪਸ਼ਨ ਆ ਗਈ ਆ, ਉਹਨੂੰ ਟਿੱਕ ਕਰਕੇ ਆਉਂਗੇ ਫਿਰ ਤੁਹਾਨੂੰ ਜਾਣ ਦੇਣਗੇ। ਪਿਛਲੇ ਸਾਲ ਦਾ ਮੈਂ ਪਰਮਿਟ ਚਲਾ ਰਿਹਾ ਸੀ ਤਾਂ ਕਰਕੇ ਉਹਦੇ ਵਿੱਚ ਆਪਸ਼ਨ ਨਹੀਂ ਸੀ ਮਰਸੀ ਮਿਕ ਲਾ ਦੀ, ਤਾਂ ਮੈਨੂੰ ਕੱਲ੍ਹ ਵਾਪਸ ਭੇਜਤਾ ਸੀ। ਅਤੇ ਇੱਕ ਮੈਨੂੰ ਲੱਗਦਾ ਵੀ ਇੰਡੀਆ ਦਾ ਆਪਾਂ ਪਹਿਲਾਂ, ਮੈਨੂੰ ਲੱਗਦਾ ਵੀ ਇੰਡੀਆ ਦੇ ਆਪਾਂ ਪਹਿਲੇ ਯੂਟਿਊਬਰ ਹੋਵਾਂਗੇ ਜਿਹੜੇ ਇੱਥੇ ਪਹੁੰਚੇ ਹਾਂ। ਮੈਨੂੰ ਕੋਈ ਫੋਟੋ ਕਿਸੇ ਦੀ ਕੋਈ ਵੀਡੀਓ ਨਹੀਂ ਦੇਖਣ ਨੂੰ ਮਿਲੀ, ਅਤੇ ਪੰਜਾਬ 'ਚ ਤਾਂ ਚਲੋ ਮੈਨੂੰ ਕਨਫਰਮ ਹੈ ਵੀ ਆਪਾਂ ਹੈਗੇ ਹਾਂ, ਕਿਉਂਕਿ ਪੰਜਾਬ 'ਚ ਬਾਈਕਰਾਂ ਦਾ ਕਰੇਜ਼ ਹੀ ਬਹੁਤ ਘੱਟ ਆ ਅਤੇ ਬਾਈਕਰ ਬਹੁਤ ਘੱਟ ਨੇ ਇਧਰਲੇ ਪਾਸੇ, ਕੋਈ ਵੈਸੇ ਵੀ ਨਹੀਂ ਆਉਂਦਾ ਆਪਣੇ ਵਾਲੇ, ਸਿੱਧਾ ਪੈਂਗੋਂਗ ਅਤੇ ਪੈਂਗੋਂਗ ਤੋਂ ਵਾਪਸ ਮੁੜ ਜਾਂਦੇ ਨੇ। ਅਤੇ ਹੋ ਸਕਦਾ ਵੀ ਇੰਡੀਆ ਦੇ ਵਿੱਚ ਵੀ ਆਪਾਂ ਪਹਿਲੇ ਯੂਟਿਊਬਰ ਹੋਈਏ, ਉਸ ਬੋਰਡ ਦੇ ਨਾਲ ਜਿਹੜਾ ਮਰਸੀ ਮਿਕਲਾ ਦਾ ਬੋਰਡ ਸੀ BRO ਵਾਲਿਆਂ ਦਾ, ਉਹਦੇ ਨਾਲ ਮੈਂ ਕਿਸੇ ਦੀ ਕੋਈ ਫੋਟੋ ਨਹੀਂ ਦੇਖੀ ਸੀ। ਅਤੇ ਬਸ ਇਹ ਨਿਬੇੜ ਤਾਂ ਕੰਮ ਆਪਾਂ, ਹੋਰ ਕੋਈ ਉੱਚਾ ਪਾਸ ਹੈਗਾ ਭਾਈ ਮੈਨੂੰ ਜ਼ਰੂਰ ਕਮੈਂਟ ਕਰਦਾ ਕਰੋ, ਦੂਜਾ ਅਤੇ 3 ਨੰਬਰ ਦਾ ਪਾਸ ਮੈਂ ਉਹਦੇ ਬਾਰੇ ਵੀ ਅੱਜ ਸਰਚ ਕਰਾਂ ਵੀ ਹੈ ਕਿਹੜੇ ਨੇ ਉਹ, ਕਿਉਂਕਿ ਇਹ ਪਾਸ ਜਿਹੜਾ ਹੈਗਾ 1.5 ਮਹੀਨੇ ਪਹਿਲਾਂ ਖੋਲ੍ਹਿਆ, ਉਦੋਂ ਪਹਿਲਾਂ ਕਿਸੇ ਨੂੰ ਇੱਥੇ ਜਾਣ ਨਹੀਂ ਦਿੰਦੇ ਹੁੰਦੇ ਸੀ। ਅਤੇ ਇਸ ਤੋਂ ਬਾਅਦ ਫਿਰ ਅੱਗੇ ਇੱਕ ਪੁਲਿਸ ਮੈਮੋਰੀਅਲ ਆਉਂਦਾ, ਅਤੇ ਇੱਕ ਆਉਂਦਾ ਜੀ ਅੱਗੇ ਹੌਟ ਸਪ੍ਰਿੰਗ, ਮਤਲਬ 25-30 ਕਿਲੋਮੀਟਰ ਹੋਰ ਗਾਂ ਹੋਣਾ ਉਹ ਜਮ੍ਹਾਂ ਚਾਈਨਾ ਬਾਰਡਰ 'ਤੇ ਹੋਊਗਾ, ਕਿਉਂਕਿ ਚਾਈਨਾ ਬਾਰਡਰ ਜਿੱਥੇ ਆਪਾਂ ਜਾ ਕੇ ਉੱਥੋਂ ਵੀ ਨੇੜੇ ਹੀ ਸੀ, 27 ਕੋਈ ਜ਼ਿਆਦਾ ਹੈ ਨਹੀਂ।
ਅਤੇ ਵੀਡੀਓ ਵਗੈਰਾ ਨੂੰ ਰੋਕਦੇ ਨਹੀਂ ਹੈਗੇ। ਐਂਟਰੀਆਂ ਕਰਾਓ ਅਤੇ ਜਾਓ, ਆਧਾਰ ਕਾਰਡ ਦੇਖਦੇ ਨੇ ਤੁਹਾਡਾ, ਅਤੇ ਤੁਹਾਡਾ ਜਿਹੜਾ ਪਰਮਿਟ ਆ ਪਰਮਿਟ ਦੇਖਣਗੇ। ਜੇ ਤੁਹਾਡੇ ਕੋਲ ਪ੍ਰਿੰਟ ਆਊਟ ਹੈਗਾ ਜ਼ਿਆਦਾ ਵਧੀਆ ਗੱਲ ਆ, ਪ੍ਰਿੰਟ ਆਊਟ ਉਹ ਆਪਦਾ ਕੋਲ ਕੱਢ ਕੇ ਰੱਖ ਲੈਂਦੇ ਨੇ। ਖੁਸ਼ੀ ਇੰਨੀ ਸੀ ਅੱਜ, ਅਤੇ ਮਤਲਬ ਬਈ ਦਿਲ ਚ ਐਂ ਸੀ ਵੀ ਇੱਥੇ ਪਹੁੰਚਣਾ ਹੀ ਪਹੁੰਚਣਾ, ਕਿਉਂਕਿ ਜਿੱਥੇ ਪਹੁੰਚਣ 'ਤੇ ਬੜਾ ਜ਼ੋਰ ਲੱਗੇ ਨਾ, ਉੱਥੇ ਪਹਿਲਾਂ ਇਹ ਹੁੰਦਾ ਵੀ ਪਹਿਲਾਂ ਪਾਸ ਨਿਬੇੜੀਏ ਫਿਰ ਬਾਕੀ ਦੇ ਕੰਮ ਬਾਅਦ 'ਚ ਦੇਖਾਂਗੇ, ਕਿਉਂਕਿ ਵਾਰੀ ਵਾਰੀ ਇੱਥੇ ਆਉਣਾ ਔਖਾ। ਕੱਲ੍ਹ ਵੀ 200 ਕਿਲੋਮੀਟਰ ਆਪਾਂ ਭਗਾਈ ਕੀਤੀ ਆ, ਦਿਨ ਵੀ ਸਾਰਾ ਭੰਨਿਆ ਹੈ ਨਾ, ਅਤੇ ਹੁਣ ਮੈਂ ਕੁਛ ਨਹੀਂ ਖਾਧਾ ਹੋਇਆ ਸਵੇਰ ਦਾ, ਹੁਣ ਪ੍ਰਸ਼ਾਦਾ ਪਾਣੀ ਛਕਾਂਗੇ ਅਤੇ ਨਵੀਂ ਵੀਡੀਓ ਦੇ ਨਾਲ ਕੱਲ੍ਹ ਨੂੰ ਫਿਰ ਮਿਲਦੇ ਹਾਂ। ਇਸ ਵੀਡੀਓ ਨੂੰ ਵੱਧੋ ਵੱਧ ਸ਼ੇਅਰ ਕਰ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਿਲਦੇ ਹਾਂ ਜੀ ਪੈਂਗੋਂਗ ਲੇਕ ਦੇ ਉੱਤੇ।